ਹੋ 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 ਬਹੁਤ ਸਰਦੀ ਹੋ ਗਈ ਏ ਹੁਣ ਤੇ ਦਿਨੇ ਵੀ ਮਾਚ ਤੇ ਰਾਤ ਦੀ ਮਾਚ ਰਾਤੀ ਭਲਾ ਕੀ ਹੋਇਆ ਹਾਂਜੀ ਇੱਥੇ ਬੈਠੇ ਰਹੇ ਅਸੀਂ ਬੜੀ ਧੀਰ ਤੱਕ ਜੀ ਜੀ ਤੇ ਮੈਂ ਤੇ ਮੇਰਾ ਖਾਲ ਖਬਰਨਾਵਾ ਵੀ ਮਤਲਬ ਨਾ ਇੱਥੇ ਹੀ ਮੈਂ ਨੰਗ ਯਾਰ ਜੀ ਜੀ 9:30 10 ਵਜੇ 10 ਵਜੇ ਤੱਕ ਮੈਂ ਬੈਠਾ ਰਿਹਾ ਇੱਥੇ ਔਰ ਰਾਣਿਆਂ ਦਾ ਮੁੰਡਾ ਨਹੀਂ ਔ ਲਮਾ ਜਿਆ ਉਹ ਵੀ ਆ ਗਿਆ ਆਪਣੇ ਹੀ ਬੰਦਾ ਭਤੀਜਾ ਵਾ ਤੇ ਮੈਂ ਕਿਹਾ ਚਲੋ ਕੋਈ ਨਹੀਂ ਆਪਣੇ ਹੀ ਮੁੰਡੇ ਆ ਤੇ ਇਥੇ ਬੈਠੇ ਆਗੂ ਕੋ ਸੇਕਦੇ ਰਹੇ ਤੇ ਮੈਂ ਉਹਨਾਂ ਨੂੰ ਕਿਹਾ ਬਈ ਮੈਂ ਤਾਂ ਹੁਣ ਆਰਾਮ ਕਰਨਾ ਸਵੇਰੇ ਨਮਾਜ਼ ਵੇਲੇ ਉੱਠਣਾ ਵੀ ਹੁੰਦਾ ਤੇ ਤੁਸੀਂ ਮੇਰਾ ਵੀਰ ਹੈ ਨਾ ਆ ਜਾਣ ਲੱਗੇ ਪਾਵਾ ਕੁਰਸੀ ਅੰਦਰ ਰੱਖ ਜਾਈਓ ਤੇ ਵਾ ਵਾ ਦੇਰ ਤੱਕ ਮੇਰਾ ਖਲ ਬੈਠੇ ਰਹੇ ਆ ਤੇ ਰਾਤੀ ਵੀ ਬੜੀ ਠੰਡ ਸੀ ਓਹੋ ਹੋ ਲੁੱਡੋ ਖੇਲਦੇ ਸੀ ਕਿ ਲੁੱਡੋ ਖੇਲਦਿਆਂ ਟਾਈਮ ਦਾ ਪਤਾ ਹੀ ਨਹੀਂ ਲੱਗਾ ਹਾਂ ਜੀ ਹਾਂ ਇਸੇ ਤਰ੍ਹਾਂ ਹੀ ਹੋਇਆ ਤੇ ਬਸ ਇਹ ਆ ਮੱਲੇਦਾਰ ਸਾਰੇ ਆਪਣੇ ਚੰਗੇ ਆ ਤੇ ਇੱਕ ਦੂਜੇ ਦਾ ਖਿਆਲ ਕਰਦੇ ਆ ਤੇ ਇਦਾਂ ਹੀ ਆ ਦੁਨੀਆਦਾਰੀ ਆ ہمسਾਇਆ ਇਹ ਹੀ ਹੁੰਦਾ ਵਾ ਵੀ ਇੱਕ ਦੂਜੇ ਦਾ ਖਿਆਲ ਕਰੇ ਆਪਣੇ ਘਰ ਨੇ ਸਾਰੇ ਅਸਲਾਮੁਅਲੈਕਮ ਜੀ ਉਹ ਬਿਸਮਿਲ੍ਲਾ ਜਨਾਬ ਕੀ ਹਾਲ ਚਾਲ ਐ ਲਓ ਅਸਲਾਮੁਅਲੈਕਮ ਬੜੀ ਠੰਡ ਬਿਸਮਿਲ੍ਲਾ ਠੰਡ ਨੇ ਤੇ ਨਾ ਬੰਦ ਕਰਤੀ ਆ ਹਰ ਸ਼ਾਮ ਅਸਲਾਮੁਅਲੈਕਮ ਬੈਠੋ ਜੀ ਆ ਲੁੱਡੋ ਪਰ ਇਹਨੂੰ ਕਰ ਦਿਓ ਆਹੋ ਰਾਤੀ ਲੁੱਡੋ ਇੱਥੇ ਛੱਡ ਕੇ ਚਲੇਗੇ ਅਸਤਾ ਬੈਠੇ ਰਹੇ ਇੱਥੇ ਰਾਤੀ 2:30 ਵਜੇ ਤੱਕ ਉਹ ਤੁਹਾਡਾ ਭਲਾ ਮੈਂ ਤੇ ਵੀ ਟਾਈਮ ਨਾਲ ਹੀ ਉੱਠ ਕੇ ਨਾ ਮੈਂ ਮੈਂ ਕਿਹਾ ਹੁਣ ਨਾ ਮੈਂ ਮੇਰੇ ਜ਼ੇਹਨ 'ਚ ਆਇਆ ਮੈਂ ਕਿਹਾ ਹੁਣ ਨਾ ਤਾਏ ਨੂੰ ਇਸ ਟਾਈਮ ਨਾ ਨੀਂਦ ਪੈਣ ਈ ਹੈ ਕੋਈ ਆਹ ਸਵੇਰੇ ਉੱਠਣਾ ਹੁੰਦਾ ਨਾ ਤੇਰੇ ਅੱਬਾ ਵੀ ਆ ਜਾਂਦੇ ਸਵੇਰੇ ਮਸਜਿਦ ਦੇ ਵਿੱਚ ਟਾਈਮ ਨਾਲ ਹੀ ਹਾਂਜੀ ਤੇ ਮੈਂ ਫਿਰ ਕਿਹਾ ਵੀ ਮੈਂ ਨਿਕਲ ਗਿਆ ਮੈਂ ਤੇ ਉੱਠ ਕੇ ਚਲਾ ਗਿਆ ਹਾਂਜੀ ਤੇ ਤੁਸੀਂ ਵਾਵਾ ਦੇਰ ਤੱਕ ਵਾਵਾ 2:30 ਵਜੇ ਤੱਕ ਉਹ ਨਾ ਬਾਜ਼ੀ ਤੇ ਬਾਜ਼ੀ ਬੈ ਟਸਲ ਜੀ ਪੈ ਗਈ ਅੱਛਾ ਵੇ ਆਹੋ ਭਾਈ ਕਿਸੇ ਵੇਲੇ ਐਂਡ ਖੁੱਲਾ ਹੁੰਦਾ 6 ਤੇ 6 ਵਜ ਰਹੇ ਹੁੰਦੇ ਨੇ ਹਾਂਜੀ ਹਾਂ ਬੜਾ ਮਜ਼ਾ ਆਇਆ ਜੀ ਇਹ ਜਿਹੜਾ ਚਸਕਾ ਨਾ ਇਹਦਾ ਤੇ ਤਾਸ਼ ਦਾ ਜਿਹੜਾ ਚਸਕਾ ਹੈ ਹਾਂ ਇਹ ਤੇ ਭਾਈ ਇੰਜ ਦਾ ਚਸਕਾ ਹੈ ਕਿ ਬੰਦੇ ਨਾ ਕੰਮ ਸ਼ਮ ਛੱਡ ਕੇ ਹਾਂ ਘਰ ਕੋਈ ਰੌਲਾ ਵੀ ਹੈ ਤਾਂ ਵੀ ਕਹਿੰਦੇ ਆ ਠਹਿਰ ਜਾ ਮੈਂ ਹੁਣ ਆਇਆ ਦੋ ਕਬਾਜ਼ੀਆਂ ਲਾ ਲਵਾਂ ਘਰ ਦੇ ਹਾਂਡੀ ਤੋਂ ਬੈਠੇ ਹੁੰਦੇ ਆ ਉਹ ਗੇਮ ਹੀ ਇਦਾਂ ਦੀ ਹੈ ਨਾ ਇਹ ਹਾਂ ਦਿਲਚਸਪੀ ਹੈ ਨਾ ਜਦੋਂ ਇੰਜ ਕਰਕੇ ਜਿਹੜੀ ਆ ਪੱਕੀ ਗੋਟ ਮਾਰਨ ਦਾ ਆਪਣਾ ਹੀ ਇੱਕ ਮਜ਼ਾ ਓਏ ਕੀ ਬਾਤ ਹੈ ਐਦਾਂ ਹੀ ਜਿੱਦਾਂ ਹਾਂ ਸਹੀ ਗੱਲ ਤੇ ਬਾਕੀ ਉਹ ਦੋਸਤ ਨੇ ਭਾਈ ਨੇ ਹਾਂਜੀ ਅਸਲਾਮੁਅਲੈਕੁਮ ਵਲੈ ਸਲਾਮ ਕੀ ਹਾਲ ਹੈ ਨਾ ਠੀਕ ਹੈ ਮੈਂ ਹੋ ਮੈਂ ਵੇਖਿਆ ਵੀ ਇਹ ਅੱਗੇ ਮੈਂ ਕਦੀ ਵੇਖਿਆ ਨਹੀਂ ਬੰਦਾ ਨਹੀਂ ਨਹੀਂ ਇਹ ਇਹਨਾਂ ਦੇ ਰਹਿਸ਼ ਪਤੋ ਕੀ ਹੈ ਅੱਛਾ ਤੇ ਇੱਥੇ ਆਏ ਨੇ ਇਹਨਾਂ ਦੇ ਰਿਸ਼ਤੇਦਾਰ ਨੇ ਇੱਥੇ ਅੱਛਾ ਤੇ ਉੱਧਰ ਕੋਈ ਰੌਲਾ ਗੋਲਾ ਇਹਨਾਂ ਦਾ ਕੋ ਬਣਿਆ ਅੱਛਾ ਤੇ ਇੱਥੇ ਆਏ ਨੇ ਅੱਛਾ ਤੇ ਆ ਹੋਗੇ ਤਿੰਨ ਕ ਮਹੀਨੇ ਤੇ ਜੇਲੋਂ ਨਹੀਂ ਆਏ ਨੇ ਦੇਲ ਜੀ ਹਾਂ ਜੀ ਹਾਂ ਜੀ ਉਹ ਬਸ ਉਹ ਕੀ ਹੋਇਆ ਕੋਈਆਂ ਕੁਛ ਨਹੀਂ ਕਬਜ਼ੇ-ਕਬਜ਼ੇ ਲੈਂਦੇ ਨਾ ਕਬਜ਼ੇ-ਕਬਜ਼ੇ ਹਾਂ ਜੀ ਮਤਲਬ ਕਿ ਕਬਜ਼ੇ ਪਲਾਟਾਂ ਦੇ ਕਬਜ਼ੇ ਮਕਾਨਾਂ ਦੇ ਕਬਜ਼ੇ ਪਲਾਜ਼ਿਆਂ ਦੇ ਕਬਜ਼ੇ ਯਾਰ ਤੁਸੀਂ ਕਰਦੇ ਤਾਂ ਹੈਗੇ ਆ ਲੇਕਿਨ ਇਹ ਕੋਈ ਚੰਗਾ ਕੰਮ ਤੇ ਨਹੀਂ ਨਾ ਹੈ ਬਾਬਾ ਜੀ ਫਿਰ ਕੀ ਕਰੀਏ ਮਜਬੂਰੀ ਹੈ ਹੁਣ ਸਾਨੂੰ ਕਰਨਾ ਪੈਂਦਾ ਹੈ ਤੁਹਾਡਾ ਹੁਣ ਨਿظام ਨਾ ਬਣ ਗਿਆ ਸੀ ਆਪਦਾ ਨਾਜ਼ਰੀ ਖਰਾਬ ਕਰ ਸਕਦੇ ਹਾਂਜੀ ਛੋਟੇ-ਮੋਟੇ ਕੰਮ ਕਰਕੇ ਜਿੱਥੇ ਜਾਈਏ ਅੱਲਾਹ ਤੇ ਰਹਿਮਤ ਨਾਲ ਲੋਕ ਪਿਛੜ ਜਾਂਦੇ ਨੇ ਉੱਥੇ ਮਕਾਨ ਸਿਗਾ ਇੱਕ ਪੱਤੋ ਕੀ ਅੱਛਾ ਤੇ ਉਹ ਇਹਨਾਂ ਦਾ ਹੁਣ ਐਵੇਂ ਜ਼ੇਹਨ ਬਣਨ ਦੀ ਗੱਲ ਹੁੰਦੀ ਹੈ ਨਾ ਅੱਛਾ ਅੱਛਾ ਇਹਨਾਂ ਨੇ ਪਹਿਲੇ ਉਹਨੂੰ ਕਿਹਾ ਕਿ ਭਾਈ ਸਾਨੂੰ ਤੇਰੇ ਮਕਾਨ ਦੀ ਲੋੜ ਆ ਅੱਛਾ ਜੀ ਜਿਹੜੇ ਪੈਸੇ ਲੈਣੇ ਆ ਲੈ ਤੇ ਖਾਲੀ ਕਰੋ ਉਧਰ ਵੇਰੇਆ ਬੂਰੇਆ ਅੱਛਾ ਜੀ ਤੁਹਾਡੀ ਉਮਰ ਦਾ ਬੰਦਾ ਸੀ ਠੀਕ ਫਿਰ ਇਹਨਾਂ ਨੇ ਜਨਾਬ ਖਾਲੀ ਕਰਾਉਣ ਗਏ ਉਹ ਵੇਰੇ ਬੂਰੇ ਉੱਥੇ ਜ਼ਰਾ ਗੋਲੀ ਗੋਲੀ ਚੱਲੀ ਅੱਛਾ ਹਾਂਜੀ 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 ਜਿੱਦਾਂ ਤੁਸੀਂ ਆ ਨਾ ਹੁਣ ਘਰ ਦੇ ਮਾਲਕ ਹਾਂ ਠੀਕ ਉਹ ਮਾਲਕ ਦੇ ਨਾ ਇਸ ਜਗ੍ਹਾ ਤੇ ਇੱਥੇ ਕਰਕੇ ਗੋਲੀ ਵੱਜ ਗਈ ਇੱਥੇ ਦਿਲ ਸੀ ਨਾ ਬਚ ਗਿਆ ਬਚ ਗਿਆ ਅੱਛਾ ਆ ਬਚ ਗਿਆ ਬਚ ਗਿਆ ਮਰਿਆ ਨਹੀਂ ਬਚ ਗਿਆ ਅੱਛਾ ਇਸ ਜਗ੍ਹਾ ਤੇ ਨਾ ਹਾਂ ਤੇ ਉਹ ਗੋਲੀ ਵੱਜ ਗਈ ਅੱਛਾ ਤੇ ਉਹ ਫਿਰ ਉਸ ਚੱਕਰ ਚ ਨਾ ਹੁਣ ਇੱਥੇ ਆਇਆ ਹੈ ਮਤਲਬ ਇਹ ਆ ਕਿ ਮਾਮਲਾ ਥੋੜਾ ਠੰਡਾ ਹੋਏਗਾ ਤੇ ਆਪਣਾ ਵਾਪਸ ਉਪਰਸ ਚਲਾ ਜਾਏਗਾ ਚਲੋ ਅੱਲਾ ਜਲਦੀ ਠੀਕ ਕਰ ਦੂਗਾ ਤੇ ਆਓ ਰਾਤੀ ਤੁਸੀਂ ਗਏ ਆ ਉਧਰੋਂ ਇਹ ਆ ਗਏ ਅੱਛਾ ਆ ਮੂੰਫੜੀ ਲੈ ਆਏ ਅੱਛਾ ਅੱਛਾ ਤੇ ਫਿਰ ਚਾਵਾ ਸ਼ਾਵਾ ਮੰਗਾ ਲਈਆਂ ਅੱਛਾ ਅੱਛਾ ਵਾ ਵ ਬਿਸਕਟ ਬਿਸਕਟ ਖਾਂਦੇ ਰਹੇ ਤੇ ਬਾਜ਼ੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਅੱਛਾ ਜੀ ਤੇ ਕਹਿੰਦੇ ਯਾਰ ਕੁਛ ਐਸੀ ਏਦਾਂ ਨਹੀਂ ਖੇਡਦੇ ਕੁਛ ਲਾ ਕੇ ਖੇਡਦੇ ਅੱਛਾ ਮੈਂ ਕਿਹਾ ਯਾਰ ਰਸਤੇ ਏਦਾਂ ਦੇ ਬੰਦੇ ਨਹੀਂ ਹਾਂ ਠੀਕ ਤੈਨੂੰ ਪਤਾ ਹੀ ਹੈ ਨਾ ਓਏ ਆਹੋ ਆਪਾਂ ਤੇ ਲੁੱਡੋ ਖੇਢੀ ਦੀ ਆ ਕਿ ਬੋਤਲ ਲਾ ਲਈ ਇੱਕ ਕੋਲਡ ਡਰਿੰਕ ਦੀ ਮਠਾਈ ਲਾ ਲਈ ਕਿਤੇ ਰੋਟੀ ਲਾ ਲਈ ਰਫਰੈਸ਼ਮੈਂਟ ਹੀ ਆ ਵੀ ਇੱਥੇ ਬੈਠੇ ਨਾਲੇ ਟਾਈਮ ਲੰਘ ਗਿਆ ਵੀ ਬੋਤਲ ਉਹ ਆਪ ਦਾ ਆਪ ਦਾ ਤਰੀਕਾ ਨਾ ਫਿਰ ਉਹ ਉਹ ਅਜੇ ਖੇਡਦੇ ਆ ਵੀ ਚਿਪਸ ਦੀ ਨਹੀਂ ਅਸੀਂ ਇਦਾਂ ਹੀ ਖੇਡਦੇ ਆ ਕਿ ਅੱਜ ਵੀ ਜੇ ਤੂੰ ਹਾਰ ਗਿਆ ਤਾਂ ਰੋਟੀ ਤੂੰ ਖਾਉਣੀ ਆ ਅਸਲੀ ਅਸੀਂ ਇਦਾਂ ਹੀ ਖੇਡਦੇ ਆ ਲੇਕਿਨ ਸਾਡਾ ਤਰੀਕਾ ਥੋੜਾ ਜਿਹਾ ਵੱਖਰਾ ਵਾ ਹਾਂਜੀ ਉਹ ਇਹਨਾਂ ਦਾ ਮਾਮਲਾ ਜ਼ਰਾ ਹੋਰ ਤਰ੍ਹਾਂ ਦਾ ਹੈ ਤੇ ਕਹਿੰਦੇ ਭਾਈ ਇਸ ਤਾ ਨਾ ਹਾਂਜੀ ਪੈਸੇ ਲਾ ਕੇ ਖੇਡਦੇ ਆ ਅੱਛਾ ਮੈਂ ਕਿਹ ਰਸਤਾ ਇਦਾਂ ਕੀਤਾ ਨਹੀਂ ਭਰਾਵਾ ਨਹੀਂ ਨਹੀਂ ਅਸੀਂ ਉਹ ਆ ਕੇ ਤਾਇਆ ਤੈਨੂੰ ਤਾਇਆ ਨੂੰ ਪਤਾ ਹੈ ਜੀ ਅਸੀਂ ਨਹੀਂ ਕਦੀ ਇਦਾਂ ਕੀਤਾ ਨਹੀਂ ਨਹੀਂ ਅਸੀਂ ਇਹ ਤਾਂ ਇਦਾਂ ਆਇਆ ਕਿ ਤਾਇਆ ਨਾ ਚਾਹ ਲੱਗ ਜਾਂਦੀ ਹੈ ਤੇ ਜੇ ਤਾਇਆ ਹਰ ਗਿਆ ਤੇ ਤਾਇਆ ਨਕਰ ਉਹ ਚਾਹ ਬਣਵਾ ਲੈਂਦਾ ਤੇ ਜੇ ਅਸੀਂ ਹਰ ਗਏ ਤੇ ਅਸੀਂ ਵੀ ਕਹਿੰਦੇ ਤਾਂ ਆ ਤੇਰੇ ਸਾਡੇ ਘਰ ਚ ਕਿਹੜਾ ਫਰਕ ਆ ਨਕਰ ਉਹ ਚਾਹ ਬਣਵਾ ਲਾ ਉਹ ਘਰ ਨੇ ਆਪਣੇ ਹੀ ਬੱਚੇ ਨੇ ਹਾਂ ਇਹਦੇ ਵਾਲਦ ਸਾਬ ਫੌਜ ਰਹੇ ਨੇ ਹਾਂਜੀ ਤੇ ਉਹ ਮਾਸ਼ਾਅੱਲਾ ਫੌਜੀ ਆਦਮੀ ਨੇ ਅੱਛੇ ਬੰਦੇ ਨੇ ਸਵੇਰੇ ਸਾਜਰੇ ਉੱਠ ਖਲੋਂਦੇ ਆ ਹਾਂਜੀ ਤੇ ਉਹ ਫਿਰ ਉਹਨਾਂ ਨਾਲ ਮੁਹੱਬਤ ਆ ਤੇ ਮੈਂ ਇਹਨਾਂ ਦਾ ਤਾਂ ਸਾਡਾ ਘਰ ਇੱਕੋ ਹੀ ਆ ਕੋਈ ਐਸੀ ਗੱਲ ਨਹੀਂ ਇਹ ਤੁਹਾਡੇ ਤਾਇ ਜੀ ਨੇ ਤਾਇਆ ਜੀ ਮਤਲਬ ਕਿ ਤਾਇਆ ਜੀ ਕਹੀਦਾ ਨਾ ਜੀ ਸੱਚੇ ਤਾਇਆ ਜੀ ਨੇ ਕਿ ਵੈਸੇ ਮੱਲੇਦਾਰ ਨਹੀਂ ਚਾਹ ਨਹੀਂ ਨਹੀਂ ਮੱਲੇਦਾਰ ਹੀ ਹੈ ਮੱਲੇਦਾਰ ਉਹ ਲੇਕਿਨ ਜੀ ਤੋਂ ਸਕਿਆਂ ਦੇ ਸਕਲ ਹੁੰਦੇ ਵਾ 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 ਸਹੀ ਗੱਲ ਤੇ ਉਹ ਇਹ ਆ ਕਿ ਉਹ ਤਾਇਆ ਤੇ ਤਾਇਆ ਬਸ ਠੀਕ ਆ ਨਾਲੇ ਜਿਹੜਾ ਆਪ ਤੋਂ ਉਮਰ ਚ ਵੱਡਾ ਆ ਨਾ ਜੀ ਹਾਂਜੀ ਉਹ ਤੁਹਾਡੇ ਮੁਲਕ ਦਾ ਆ ਤੁਹਾਡੇ ਮੁਲਕ ਤੋਂ ਬਾਹਰ ਦਾ ਆ ਤੁਹਾਡਾ ਰਿਸ਼ਤੇਦਾਰ ਆ ਕਿਸੇ ਹੋਰ ਕੌਮ ਦਾ ਕਿਸੇ ਹੋਰ ਮਜ਼ਹਬ ਦਾ ਹਾਂਜੀ ਉਹ ਤੁਹਾਡਾ ਵੱਡਾ ਹੀ ਐ ਵੱਡਾ ਕਿਉਂਕਿ ਚਿੱਟੇ ਵਾਲਾਂ ਦਾ ਇੱਕ ਹਯਾ ਹੁੰਦਾ ਬਿਲਕੁਲ ਸਹੀ ਗੱਲ ਬਿਲਕੁਲ ਇਹ ਸਾਡੇ ਚੋ ਨਹੀਂ ਮੁਕਣਾ ਚਾਹੀਦਾ ਹਾਂ ਬਸ ਕਿਤੇ ਵਾਲਾਂ ਦਾ ਹਯਾ ਕਰੋ ਇਹ ਇਹੀ ਇਨਸਾਨੀਅਤ ਆ ਬਸ ਮਹੱਲੇਦਾਰੀ ਜਿਹੜੀ ਹੈਗੀ ਹੈ ਨਾ ہمسਾਇਆ ਤੇ ਮਾਂ ਪਿਓ ਜਾਇਆ ਇੱਕ ਬਰਬਰ ਗੱਲ ਹੈਗੀ ਆ ਰਿਸ਼ਤੇਦਾਰਾਂ ਨੇ ਤੇ ਕਿਤੇ ਆਉਣਾ ਕੋਈ ਸਾਈ ਵਾਲਾ ਕੋ ਕਿਤੇ ਆ ਕੋ ਕਿਤੇ ਆ ਕੋ ਪਿੰਡੀ ਆ ਤੇ ہمسਾਇਏ ਤੇ ਬੂਏ ਤੇ ਨੇ ਇਸ ਤਰ੍ਹਾਂ ਹੀ ਹਾਂ ਤੇ ਇੱਕ ਦੂਜੇ ਦੇ ਸੋ ਗਮੀ ਖੁਸ਼ੀ ਸਾਡੇ ਇੱਥੇ ਮਤਲਬ ਹੈ ਨਾ ਐਵੇਂ ਗੱਲ ਬੜਾ ਅੱਛਾ ਮਤਲਬ ਅੱਲਾ ਪਾਕ ਦਾ ਨਿਜ਼ਾਮ ਅੱਛਾ ਹੈ ਸ਼ੁਕਰ ਹੈ ਕੇ ਮੱਲੇਦਾਰ ਸਾਰੇ ਸਾਡੇ ਚੰਗੇ ਆ ਇਦਾਂ ਹੀ ਆ ਹਾਂ ਇਦਾਂ ਹੀ ਇਦਾਂ ਹੀ ਪਹਿਲੇ ਲੱਗਣੀ ਸ਼ੁਰੂ ਹੋਈ ਜੀ ਬਾਜ਼ੀ ਹਾਂ ਜੀ ਅੱਛਾ ਤੇ ਪਹਿਲੀ ਬਾਜ਼ੀ ਜਿਹੜੀ ਨਾ ਭਾਈ ਹਰ ਗਿਆ ਅੱਛਾ ਠੀਕ ਹੋ ਗਿਆ ਤੇ ਕਹਿੰਦਾ ਜੀ ਆਪਣੀ ਖੁਸ਼ੀ ਨਾਲ ਨਾ ਜੀ ਹਾਂ ਜੀ ਕਹਿੰਦਾ ਜੀ ਮੈਂ ਦਿਲ ਚ ਸੋਚਿਆ ਸੀਗਾ ਹਾਂ ਜੇ ਮੈਂ ਹਰ ਗਿਆ ਨਾ ਤੇ ਮੈਂ 5000 ਦਊਂਗਾ ਮੈਂ ਕਿਹਾ ਭਾਈ ਇਹ ਤਾਂ ਤੇ ਬੰਦਾ ਹੀ ਨਹੀਂ ਨਹੀਂ ਕਹਿੰਦਾ ਨਹੀਂ ਭਾਈ ਤੂੰ ਲੈ ਅੱਛਾ ਲੋ ਜੀ ਸ਼ੁਗਲ ਸ਼ੁਗਲ ਚ ਨਾ ਮੈਨੂੰ ਕਹਿਣ ਲੱਗ ਪਿਆ ਆ ਪਿਸਤੌਲ ਲੱਗਾ ਹੈ ਨਾ ਡੱਬ ਦੇ ਨਾਲ ਅੱਛਾ ਹਾਂਜੀ ਭਾਈ ਦੇ ਹਾਂਜੀ ਹਾਂਜੀ ਉਹ ਪਿਸਤੌਲ ਹਰ ਟਾਈਮ ਨਾਲ ਰੱਖਦਾ ਨਾ ਕੋਈ ਕੀ ਪਤਾ ਹੁੰਦਾ ਕਿਹੜੇ ਟਾਈਮ ਦੁਸ਼ਮਣ ਚੜ ਪੈਣ ਦੁਸ਼ਮਨਦਾਰੀ ਜੋ ਹੋਈ ਬਾਬਾ ਜੀ ਇਹ ਮਜਬੂਰੀ ਹੈ ਇਹ ਪਿਸਤੌਲ ਲਈ ਇੱਕ ਦੂਜਾ ਭਰਾ ਵਾ ਮੇਰਾ ਹਾਂਜੀ ਹਾਂਜੀ ਇਹ ਮੇਰੀ ਬਾਹ ਵਾ ਹਾਂਜੀ ਹਾਂਜੀ ਦੁਸ਼ਮਨਦਾਰੀ ਇਹ ਕਿਤੇ ਵੀ ਕੁਝ ਵੀ ਹੋ ਸਕਦਾ ਹੈ ਓਏ ਆਹੋ ਲੇਕਿਨ ਸਾਡਾ ਮਹੱਲਾ ਬਹੁਤ ਚੰਗਾ ਯਾਰ ਇੱਥੇ ਨਹੀਂ ਐਸਾ ਕੋਈ ਗੱਲ ਹੈ ਉਹਦੇ ਅੱਲਾ ਮਾਫੀ ਦੇ ਬਾਬਾ ਜੀ ਕਿਸੇ ਦੇ ਮੱਥੇ ਤੇ ਤਾਂ ਨਹੀਂ ਲਹੀਚਾ ਹੁੰਦਾ ਵੀ ਇਹ ਚੰਗਾ ਕਿ ਬੁਰਾ ਹਾਂਜੀ ਹਾਂਜੀ ਆ ਨਹੀਂ ਕਿ ਜ਼ਰੂਰੀ ਦੁਸ਼ਮਨ ਸਿਰ ਤੇ ਚੜ ਜੇ ਤੇ ਦੋ ਵਾਰ ਕਰੇ ਤੇ ਫਿਰ ਪਤਾ ਲੱਗੇ ਵੀ ਇਹ ਚੰਗਾ ਕਿ ਬੁਰਾ ਸਹੀ ਹਾਂ ਲੂ ਨਹੀਂ ਤਮਾਦ ਹੈਗਾ ਕਿਸੇ ਦੇ ਬਾਬਾ ਜੀ ਇਸ ਤਰ੍ਹਾਂ ਅਸੀਂ ਨਹੀਂ ਮਸਾਖ ਖਾਣਾ ਨਾ ਨਾ ਤੋਬਾ ਬੋਲ ਦੀ ਗੱਲ ਨਾ ਵੀ ਤੁਹਾਡਾ ਜਿੱਦਾਂ ਉੱਥੇ ਕੋਈ ਹੈ ਵਾ ਝਗੜੇ ਕੋਈ ਗੋਲੀਆਂ ਚੱਲਦੀਆਂ ਕੋਈ ਲਤਾਂ ਤੋੜਦੇ ਆ ਜਾਂ ਤੁਹਾਡਾ ਆਪਣਾ ਦੇ ਇੱਥੇ ਆਵਾਂ ਨਾ ਅੱਲਾ ਦਾ ਸ਼ੁਕਰ ਲੋ ਜੀ ਮੈਂ ਮੈਂ ਸੋਚਿਆ ਮੈਂ ਕਿਹਾ ਚਲੋ ਪੰਜੀ ਤੇ ਆਇਆ ਉਹ ਇਨਸਾਨ ਆ ਨਾ ਲਾਲਚ ਕਰ ਜਾਂਦਾ ਤੂੰ ਉਹ ਪੰਜੀ ਫੜ ਲਿਆ ਤੂੰ ਫੜ ਲਿਆ ਅੱਛਾ ਇਹ ਪਹਿਲੀ ਬਾਜ਼ੀ ਹਾਰ ਗਿਆ ਹਰ ਗਿਆ ਹਰ ਗਿਆ ਅੱਛਾ ਅੱਛਾ ਲੋ ਜੀ ਦੂਈ ਬਾਜ਼ੀ ਸ਼ੁਰੂ ਹੋਈ ਏ ਅੱਛਾ ਤੇ ਇੰਨੇ ਜਨਾਬ ਨਾ ਹੁਣ ਹਾਂ ਦੂਈ ਬਾਜ਼ੀ ਚ ਮੈਂ ਹਾਰ ਗਿਆ ਅੱਛਾ ਇੱਕ ਤੂੰ ਹਾਰ ਗਿਆ ਇੱਕ ਇਹ ਹਾਰ ਗਿਆ ਕਹਿੰਦਾ ਲਿਆ ਵੀ ਪੰਜੀ ਵਾਪਸ ਹਾਂ ਤਾਂ ਕੋਈ ਨਹੀਂ ਲੋ ਜੀ ਉਹ ਪੰਜੀ ਵਾਪਸ ਲੱਗਾ ਤਾਂ ਸ਼ੁਗਲ ਮੇਲਾ ਹੋਣ ਲੱਪਿਆ ਠੀਕ ਆ ਲੋ ਜੀ ਤੀਸਰੀ ਬਾਜ਼ੀ ਲੱਗੀ ਏ اچھا ਜੀ ਕਹਿੰਦਾ ਜੀ ਤੀਸਰੀ ਬਾਜ਼ੀ ਲੱਗ ਗਈ 50 50 ਦੀ اچھا 50 50 ਹਜ਼ਾਰ ਦੀ ਡਬਲ ਕਰ ਲਈ ਡਬਲ اچھا ਲਓ ਜੀ ਤੀਸਰੀ ਬਾਜ਼ੀ ਲੱਗੀ ਤੇ ਮੈਂ ਹਰ ਗਿਆ ਫਿਰ ਤੈਨੂੰ 50 ਦੇਣਾ ਪਿਆ 50 ਮੇਰੇ ਕੋ ਕਿੱਥੋਂ ਆਇਆ ਮੇਰੇ ਕੋ ਤਾਂ ਨਹੀਂ ਸੀਗਾ 3000 ਰੁਪਏ ਫਿਰ ਅੰਮੀ ਦੇ ਕਮੇਟੀ ਦੇ ਪੈਸੇ ਪੈਸੇ ਘਰ ਅੱਛਾ ਕਮੇਟੀਆਂ ਇਕੱਠੀਆਂ ਹੋਈਆਂ ਨਾ 10 ਤਰੀਕ ਨੂੰ ਦੇਈ ਦੀਆਂ ਨਾ ਅੱਛਾ ਅੱਛਾ ਉਹ ਜਨਾਬ ਕਮੇਟੀ ਦੇ ਪੈਸੇ ਚੁੱਕੇ ਅੱਛਾ ਲਿਆ ਕੇ ਇਹਨੂੰ ਦੇ ਦਿੱਤੇ ਠੀਕ ਆ ਤੇ ਹੁਣ ਮੈਨੂੰ ਵਸਵਸਾ ਵੀ ਆਈ ਜਾਵੇ ਹਾਂ ਕਿ ਸਵੇਰੇ ਅੰਮੀ ਨੇ ਉੱਠ ਕੇ ਪੁੱਛਣਾ ਕਿ ਮੇਰੇ ਪੈਸੇ ਤੂੰ ਰਾਤੀ ਕਿੱਥੇ ਲੈ ਗਏ ਹਾਂ ਹਾਂ ਠੀਕ ਆ ਮੈਂ ਕਿਹਾ ਵਾਪਸ ਤਾਂ ਆਉਣੇ ਚਾਹੀਦੇ ਨਾ ਹਾਂ ਮੈਂ ਕਿਹਾ ਜੀ ਲੱਖ ਲੱਖ ਰੁਪਏ ਦੀ ਬਾਜ਼ੀ ਲੱਗ ਗਈ ਗੁੱਸਾ ਆ ਗਿਆ ਗੁੱਸਾ ਆ ਗਿਆ ਜਜ਼ਬਾਤੀ ਹੁਕਮਾਂ ਵੀ ਸਮਝ ਗਿਆ ਮੈਂ ਬੰਦਾ ਦਲੇਰ ਆ ਇਹ ਬੰਦਾ ਦਲੇਰ ਆ ਮਜ਼ਾ ਆਇਆ ਇੱਕ ਮੈਚ ਦਾ ਜਰਾ ਇਹਨੇ ਇਹ ਕੰਮ ਤਾਂ ਫਿਰ ਮਤਲਬ ਅੰਮੀ ਵਾਲੇ ਪੈਸੇ ਵੀ ਹਾਂਜੀ 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 ਅੱਛਾ ਤੇ ਉਹ ਲੱਖ ਰੁਪਏ ਦੀ ਅਗਲੀ ਬਾਜ਼ੀ ਲਾ ਲਈ ਲੱਖ ਰੁਪਏ ਦੀ ਅੱਛਾ ਵੀ ਤੂੰ ਆਖਿਆ ਚਲੋ ਮੁੜੇ ਆਉਣਗੇ 50 ਆਹੋ ਆਹੋ ਇਦਾਂ ਹੀ ਆ ਲਾਲ ਜੀ ਉਹ ਜਿਹੜੇ ਲੱਖ ਰੁਪਏ ਦੀ ਬਾਜ਼ੀ ਲਾਈ ਅੱਛਾ ਇਹ ਗੋਟੀਆਂ ਜਾ ਰਹੀਆਂ ਨੇ ਬੱਲੇ ਇਹ ਗੋਟੀਆਂ ਮਰ ਰਹੀਆਂ ਨੇ ਬੱਲੇ ਆਖਰੀ ਗੋਟੀ ਜਿਹੜੀ ਮੇਰੀ ਸੀ ਹਾਂ ਇਹਦੀਆਂ ਤਿੰਨ ਹਾਂ ਮੇਰੀ ਆਖਰੀ ਗੋਟੀ ਇੰਜ ਭੁੱਗਣ ਲੱਗੀ ਐ ਤੇ ਕਾਣੇ ਤੇ ਮਰ ਗਈ ਜਦੋਂ ਪੱਕੀ ਹੋਣ ਲੱਗੀ ਪੱਕੀ ਹੋਣ ਲੱਗੀ ਇਹਨੇ ਛਾਣੇ ਤੋਂ ਮਾਰ ਕੇ ਤਾਂ ਫੇਰ ਲੈ ਆਂਦੀ ਉਹ ਫੇਰ ਤੈਨੂੰ ਚੱਕਰ ਲਾਉਣਾ ਪਿਆ ਲੋ ਚੱਕਰ ਕਿੱਥੇ ਲਾਉਣਾ ਪਿਆ ਹਾਂ ਮੈਂ ਦਾਣਾ ਸਿੱਟ ਰਿਹਾ ਅੱਛਾ ਛਿੱਕਾ ਨਹੀਂ ਆ ਰਿਹਾ ਓਏ ਮੈਂ ਦਾਣਾ ਸਿੱਟ ਰਿਹਾ ਛਿੱਕਾ ਨਹੀਂ ਆ ਰਿਹਾ ਅੱਛਾ ਇਹਦੀਆਂ ਉਹਨੇ ਚਰ ਦੋ ਭੁੱਗ ਗਈਆਂ ਇੱਕ ਇਹਦੀ ਰਹਿ ਗਈ ਇੱਕ ਤੇਰੀ ਰਹਿ ਗਈ ਇੱਕ ਮੇਰੀ ਮੈਨੂੰ ਛਿੱਕਾ ਆ ਗਿਆ ਠੀਕ ਹੋ ਗਿਆ ਖੁੱਲ ਗਈ ਖੁੱਲ ਗਈ ਹਾਂ ਠੀਕ ਹੋ ਗਿਆ ਇਹ ਗੋਟੀ ਬਾਹਰ ਆਈ ਹੈ ਤੇ ਅਗਲੇ ਆਏ ਤਿੰਨ ਛੱਕੇ ਵੱਲੇ ਚਾਰ ਛੱਕੇ ਮੈਨੂੰ ਚਾਰ ਛੱਕੇ ਆ ਗਏ ਮੈਂ ਕਹਿੰਦਾ ਗੋਟੀ ਭੱਜ ਰਹੀ ਹੈ ਵੱਲੇ ਲਓ ਜੀ ਆਖਰ ਇਹਦੀ ਗੋਟੀ ਆ ਗਈ ਦੁੱਕੇ ਤੇ ਅੱਛਾ ਵੀ ਦੋ ਦਾਣੇ ਚਾਹੀਦੇ ਨੇ ਠੀਕ ਹੈ ਮੇਰੀ ਆ ਗਈ ਪੰਜਾਂ ਤੇ ਤੈਨੂੰ ਪੰਜ ਦਾਣੇ ਚਾਹੀਦੇ ਆ ਇਹਨੂੰ ਦੋ ਚਾਹੀਦੇ ਅੱਛਾ ਬਰਬਰ ਬਰਬਰ ਜੀ ਆ ਗਈ ਗੱਲ ਜਿੰਨੇ ਜਨਾਬ ਇਹ ਦਾਣਾ ਸੁਟਿਆ ਠੀਕ ਹੈ ਇਹਨੂੰ ਆ ਗਿਆ ਕਾਣਾ ਆ ਇਹ ਵੀ ਆ ਗਈ ਕਾਣੇ ਤੇ ਕਾਣੇ ਤੇ ਆ ਗਈ ਤੇਰੇ ਪਾਈ ਦਾਣੇ ਰਹਿੰਦੇ ਠੀਕ ਹੋ ਗਿਆ ਠੀਕ ਹੋ ਗਿਆ ਇਧਰੋਂ ਮੈਂ ਜਿਹਲੇ ਸੁੱਟੀ ਐ ਆਹੋ ਮੈਨੂੰ ਆਇਆ ਚੌਕਾ ਚੌਕਾ ਲੋ ਜੀ ਕਾਣੇ ਕਾਣੇ ਤੇ ਗੱਲ ਫਸ ਗਈ ਤੂੰ ਵੀ ਕਾਣੇ ਤੇ ਇਹ ਵੀ ਕਾਣੇ ਤੇ ਇਹ ਵੀ ਕਾਣੇ ਤੇ ਲੋ ਜੀ ਵੇ ਹੁਣ ਦੇਖਦੇ ਆ ਵੀ ਇਹਨਾਂ ਵਿੱਚੋਂ ਕੌਣ ਗਾਣਾ ਹੁੰਦਾ ਲੋ ਜੀ ਦਾਣੇ ਸੁੱਟ ਰਹੇ ਆ ਤੇ ਲੱਖ ਰੁਪਏ ਦਾ ਅਜ਼ਾਬ ਆ ਦਿਮਾਗ 'ਚ ਅੱਛਾ ਮੈਂ ਕਿਹਾ ਬੜੀ ਦਿਲਚਸਪ ਹੋ ਗਈ ਯਾਰ ਦਿਲਚਸਪ ਹੋ ਗਿਆ ਬੱਲੇ ਬੱਲੇ ਕਾਣੇ ਤੇ ਆ ਗਏ ਇਧਰੋਂ ਦੇ ਦੇ ਇਹ ਸੁੱਟ ਰਹੇ ਆ ਅੱਛਾ ਤੇ ਨਹੀਂ ਕਾਣਾ ਆ ਰਿਹਾ ਇਹਨੂੰ ਵੀ ਨਹੀਂ ਆਇਆ ਮੈਂ ਸੁੱਟ ਰਿਆ ਤੇ ਇਹ ਕਾਣਾ ਆਉਣ ਲੱਗਾ ਤੇ ਉੱਪਰਲੇ ਪਾਸੇ ਪਰਤ ਗਿਆ ਫਿਰ ਤੇ ਨਾ ਮੈਂ ਕਿਆ ਮਰ ਗਿਆ ਓਏ ਅੱਛਾ ਲਓ ਜੀ ਇਹਨੇ ਨਾ ਹਾਂ ਪਤਾ ਨਹੀਂ ਕਿਹੜੀ ਗੇਮ ਕੀਤੀ ਹੈ ਅੱਛਾ ਕਹਿੰਦਾ ਲੈ ਵੀ ਐਦ ਕੀ ਨਾ ਹਾਂ ਕਾਣਾ ਏ ਠੀਕ ਹੈ ਇਹਨੇ ਇੰਜ ਕਰਕੇ ਸੁੱਟਿਆ ਤੇ ਜਿੱਲੇ ਮੈਂ ਕਾਣਾ ਦੇਖਿਆ ਨਾ ਹਾਂ ਪਤਾਇਆ ਯਕੀਨ ਕਰੀ ਇਹ ਮੱਚ ਤੇ ਬੈਠੇ ਆ ਜਾਨ ਨਿਕਲ ਗਈ ਮੇਰੀ ਓਏ ਮੈਂ ਕਿਆ ਲੈ ਵੀ ਹਰ ਗਿਆ ਕੰਮ ਪੈ ਗਿਆ ਓਹੋ ਤੇ ਮੈਨੂੰ ਕਹਿੰਦਾ ਕੱਢ ਲੱਖ ਅੱਛਾ ਮੈਂ ਕਿਹਾ ਲੱਖ ਕੱਢ ਦਿੰਨੇ ਆ ਭਰਾਵਾ ਤੂੰ ਐਦਾਂ ਕਰ ਦੋ ਦੋ ਲੱਖ ਦੀ ਹੋਰ ਲਾ ਅਗਲੀ ਬਾਜ਼ੀ ਲਾ ਅਗਲੀ ਵਾਰ ਜੀ ਫਿਰ ਬੰਦਾ ਫਸਦਾ ਨਾ ਲਾਲਚ ਚ ਪੈ ਗਿਆ ਉਹ ਪਿਛਲੇ ਸਪੇਟਨ ਦੇ ਜਗਰਾ ਚ ਹੁਣ ਦੋ ਦੋ ਲੱਖ ਦੀ ਲਾ ਲਈ ਤੇ ਅਸੀਂ ਤਾਂ ਇਹੋ ਜਿਹਾ ਮੌਕਾ ਪਾਲਦੇ ਆ ਪਾਲਦੇ ਨਹੀਂ ਕੀ મતਲਬ ਕੋਈ ਐਸੀ ਗੱਲ ਨਹੀਂ ਹੈ ਬੰਦਾ ਅੱਛਾ ਆਦਮੀ ਹੈ ਯਾਰ ਰਾਣਾ ਸਾਹਿਬ ਆਪਣੇ ਤੋ ਤੇ ਉਹ 2 ਲੱਖ ਦੀ ਬਾਜ਼ੀ ਲਾਈ ਅੱਛਾ ਜੀ ਉਹ ਬਾਜ਼ੀ ਫੇਰ ਹਰ ਗਿਆ ਮੈਂ ਉਹ ਤੇਰਾ ਪਲਾ ਪੈ ਗਿਆ ਤੇ ਉਹ ਜਨਾਬ ਚੜ ਗਿਆ 3 ਲੱਖ ਅੱਛਾ ਫੇਰ ਮੇਰੇ ਦਿਮਾਗ ਨੇ ਕੰਮ ਕੀਤਾ ਮੈਂ ਕਿ ਰਾਣਾ ਸਾਹਿਬ ਜਾਂ ਇਧਰ ਜਾਂ ਫਿਰ ਉਧਰ ਠੀਕ ਹੈ ਠੀਕ ਹੈ ਜੀ ਮੈਂ ਕਿਹਾ ਤਿੰਨ ਤਿੰਨ ਲੱਖ ਦੀ ਹੋ ਗਈ ਮੈਂ ਕਿਹਾ ਇੱਕ ਵਾਰੀ ਸਫਾਇਆ ਕਰੋ ਜਿੱਤ ਜਾਣਾ ਇਨਸ਼ਾਅੱਲਾ ਆਹ ਠੀਕ ਹੈ ਆਹ ਜਦੋਂ ਉਹ ਐਂਡ ਖੁੱਲਿਆ 4 4 6 6 ਵੀ ਆ ਜਾਂਦੇ ਨੇ ਗੁਰੂ ਦੇ ਅਸੀਗਾ ਲਓ ਜੀ ਬਾਜ਼ੀ ਲੱਗੀ ਸ਼ੁਰੂ ਹੋਈ ਏ ਫੇਰ ਫੇਰ ਅੱਛਾ ਜੀ ਉਹ ਵੀ ਜਾਂਦੀ ਰਹੀ ਸਾਹ ਸੁੱਕ ਗਏ ਮੇਰੇ ਤੇ ਉਹ ਤਿੰਨ ਤੇ ਤਿੰਨ 6 ਲੱਖ ਰੁਪਏ ਹੋ ਗਿਆ اچھا ਜੀ ਮੈਂ ਕਿਹਾ ਥੋੜਾ ਫਸਿਆ ਕੀ ਤਾਂ ਬਹੁਤਾ ਫਸਿਆ ਕੀ ਮੈਂ ਕਿਹਾ 6 6 ਲੱਖ ਦੀ ਹੋਗੀ ਬੰਦੇ ਸਾਰੇ ਮੈਨੂੰ ਜੀਲਾ ਨਹੀਂ ਜੀਲਾ ਆਪਣਾ ਰਾਇਆਂ ਦਾ ਆਉ ਜੀਲਾ ਹਾਂ ਉਹ ਮੈਨੂੰ ਰੋਕੇ ਉਹ ਮੈਨੂੰ ਕਵੇ ਦਫਾ ਕਰ ਇਸ ਕੰਮ ਨੂੰ ਮੈਂ ਕਾ ਨਹੀਂ ਹੋਗੀ اچھا ਸੁਣੋ ਸੁਣੋ ਤੇ ਗੱਲ ਸੁਣਾਉਂਦੀ ਲੋ ਜੀ ਉਹ 6 6 ਲੱਖ ਵਾਲੀ ਲੱਗੀ ਤੇ ਉਹਨੇ ਵੀ ਬੇੜਾ ਕਰਕ ਹੋ ਗਿਆ 12 ਲੱਖ ਚੜ ਗਿਆ ਉੱਥੇ ਬੈਠਿਆ ਬੈਠਾ ਜਿਹੜੇ 2:3 ਵਜੇ ਤੁਹਾਨੂੰ ਹਾਂਜੀ ਅੱਛਾ ਜੀ ਫੇਰ ਤੇ ਜਿਹੜੇ 12 ਲੱਖ ਦੀ ਹੋਈ ਮੈਂ ਕਿਹਾ ਮਕਾਨ ਮਕਾਨ ਲੱਗ ਗਿਆ ਮੈਂ ਕਿਹਾ ਹੁਣ ਜਾਂ ਆਰ ਤੇ ਜਾਂ ਪਾਰ ਜਾਂ ਤਾਂ ਰੁੜ ਗਏ ਜਾਂ ਫਿਰ ਜਾਂ ਪੌ 12 ਦੇ ਤਿੰਨ ਗਾਣੇ ਮੈਂ ਕਿਹਾ ਫਿਰ ਲਾਓ ਮਕਾਨ ਮਕਾਨ ਫਿਰ ਭਾਜੀ ਆਓ ਮਿਦਾਨ ਚ ਮਕਾਨ ਜਨਾਬ ਬਾਜ਼ੀ ਲੱਗਣੀ ਸ਼ੁਰੂ ਹੋਈ ਹੈ ਇਹਦੇ ਕੋ ਪਤਾ ਨਹੀਂ ਕਿਹੜਾ ਇਹ ਨਾ ਜੁਵਾਰੀਆਂ ਕੋ ਕੋ ਗੌਰ ਹੁੰਦਾ ਹੈ ਅੱਛਾ ਤੇ ਉਜਦਾ ਤਾਇ ਤੂੰ ਗੱਲ ਕੀ ਕਰਦਾ ਹੁੰਦਾ ਹੈ ਕਿ ਬੁੱਢੀ ਤੇ ਤਾਸ਼ ਕੀ ਥੱਲੇ ਕੀ ਓਏ ਆਹੋ ਯਾਰ ਬਸ ਇਹਦਾ ਇਹ ਜੁਆਰੀਆਂ ਦਾ ਹੀ ਹੁੰਦਾ ਵਾ ਵੀ ਉਹ ਜਿੱਦਾਂ ਕਈ ਬੰਦਿਆਂ ਨੂੰ ਹੁੰਦਾ ਵਾ ਵੀ ਮੈਨੂੰ ਕੌਨਫੀਡੈਂਸ ਹੁੰਦਾ ਵਾ ਇਹ ਹਾਂ ਲੇਕਿਨ ਇਹ ਵੀ ਇਹ ਗੱਲ ਚੰਗੀ ਤੇ ਨਹੀਂ ਹੈਗੀ ਮਕਾਨ ਮਤਲਬ ਲਾ ਦੇਣਾ ਜਾਂ ਇਦਾਂ ਤੇ ਉਹ ਫਿਰ ਮਕਾਨ ਲਾਇਆ ਅੱਛਾ ਇਹ ਭਾਈ ਇਹਨਾਂ ਦਾ ਰੋਜ਼ ਦਾ ਕੰਮ ਆਸੀ ਨਵੇਂ ਬੰਦੇ ਸੀਗੇ ਠੀਕ ਹੈ ਤੇ ਫਿਰ ਮਕਾਨ ਹਾਰ ਗਏ ਅਬ ਤੁਹਾਡੇ ਆਲਾ ਹੈ ਮਕਾਨ ਹਾਰ ਕੇ ਹਾਂਜੀ 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 ਗੱਲ ਇੱਥੇ ਤੱਕ ਵੱਧ ਗਈ ਹਾਂਜੀ 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 ਤੇ ਮਕਾਨ ਮਤਲਬ ਹਰ ਗਏ ਤੂੰ ਹਾਂਜੀ 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 12 ਲੱਖ ਵੀ ਹਰ ਗਏ ਹਾਂਜੀ 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 ਤੇ ਫੇਰ ਕੋਈ ਮਤਲਬ ਇਹ ਤੇਰੇ ਤਲਕ ਹੀ ਆ ਦੋ ਆਸਲਾ ਵਿੱਚ ਜਾਂ ਦੋਸਤਾਨਾ ਹੀ ਆ ਤੁਸੀਂ ਖੇਲ ਨਹੀਂ ਦੇ ਸੀਗੇ ਇੱਚ ਕਿਹੜੀ ਕੋ ਗੱਲ ਹੈ ਪਪਾ ਜੀ ਤੁਸੀਂ ਗੱਲ ਨਹੀਂ ਸਮਝ ਰਹੇ ਮੇਰੀ ਗੱਲ ਸੁਣੋ ਤਲਕ ਵਾਸਤਾ ਤੁਹਾਡਾ ਮਕਾਨ ਹਰਿਆ ਮੈਂ ਮੇਰਾ ਮਕਾਨ ਹਾਂਜੀ ਹਾਂਜੀ ਇਹਦੇ ਨਾਲ ਖੇਡ ਰਿਆ ਸੀ ਤੂੰ ਹਾਂਜੀ 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 ਉਹ ਫੇ ਮੈਂ ਤੁਹਾਡੇ ਵਾਲਾ ਮਕਾਨ ਲਾਤਾ ਨਾ ਜੂਏ ਤੇ ਮੇਰੇ ਵਾਲਾ ਮਕਾਨ ਕਿਦਾਂ ਤੂੰ ਲਾਤਾ ਭਾਈ ਐਦਾਂ ਹੀ ਜਿੱਦਾਂ ਬਸ ਲਾਈਦਾ ਕਿ ਇਹ ਮਕਾਨ ਜੇ ਮੈਂ ਹਰ ਗਿਆ ਤੇ ਆ ਮਕਾਨ ਤਾਏ ਦਾ ਤੇਰਾ ਮਕਾਨ ਹੋ ਗਿਆ ਹੁਣ ਅਸੀਂ ਇੱਥੇ ਲਾਲ ਟੈਂ ਦਾ ਇੱਥੇ ਬੈਠੇ ਸਾਲਾ ਬੈੜਕ 'ਚ ਤੇ ਜਿੱਤੇ ਖੇਡਦੇ ਪੈਸੇ ਭਾਈ ਜਰਾ ਨੇ ਕਿ ਆ ਵੀ ਮਕਾਨ ਰਹਿ ਗਿਆ ਫਿਰ ਪਿੱਛੇ ਮੈਂ ਫਿਰ ਲਾ ਦਿਓ ਹੁਣ ਲਾ ਦੀ ਤਾਂ ਫਿਰ ਉਹ ਹਾਰ ਗਿਆ ਤੁਸੀਂ ਮੇਰਾ ਤੁਹਾਡਾ ਨਾਲ ਕੋਈ ਐਡਾ ਤੱਕ ਉਹ ਮੇਰੀ ਗੱਲ ਸੁਣ ਰਾਣਾ ਤੂੰ ਪੁੱਤਰਾ ਕੀ ਕੀਤਾ ਹਾਂਜੀ ਵੀ ਮਕਾਨ ਤੁਸੀਂ ਲਾਉਣਾ ਸੀ ਤੇ ਆਪਣਾ ਲਾਉਣਾ ਸੀਗਾ ਕਿ ਮੇਰਾ ਮਕਾਨ ਕਾਦ ਲਈ ਲਾਇਆ ਨਹੀਂ ਉਹ ਜਿੱਥੇ ਬੈਠੇ ਉਹੀ ਲਾਉਣਾ ਸੀ ਹੁਣ ਇੰਨੀ ਦੂਰ ਮਕਾਨ ਕਿੱਥੇ ਲੱਗਦਾ ਕੀ ਮਤਲਬ ਇਹਦੇ ਵਿੱਚ ਮਤਲਬ ਮਕਾਨ ਫਿਰ ਤੂੰ ਹਰਿਆਵਾ ਤੇ ਤੁਸੀਂ ਆਪਣਾ ਦਿਓ ਇਹਨਾਂ ਨੂੰ ਨਹੀਂ ਨਹੀਂ ਹੁਣ ਅਸੀਂ ਇਸੇ ਵਾਸਤੇ ਹਾਜ਼ਰ ਹੋਏ ਆ ਮੈਂ ਕਹਤਾ ਆਇਆ ਲਾਲਟਾ ਨੂੰ ਉੱਠ ਪਿਆ ਹੋਣਾ ਅੱਛਾ ਤੇ ਆਏ ਇਸ ਵਾਸਤੇ ਆ ਕਿ ਇਹਨਾਂ ਨੇ ਹੁਣ ਮਕਾਨ ਲੈਣਾ ਤੁਹਾਡਾ ਭਾਜੀ ਗੱਲ ਸੁਣੋ ਮੇਰੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪਿਸਤੌਲ ਕੱਢ ਕੇ ਰੱਖ ਲਓ ਇੱਥੇ ਕਿ ਨਹੀਂ ਮੈਂ ਪਿਸਤੌਲ ਮੈਂ ਕੱਢ ਵੀ ਲਾਂਗਾ ਪਿਸਤੌਲ ਸੁਣੋ ਭਾਈ 1 ਮਿੰਟ ਗੱਲ ਸੁਣੋ ਮੇਰੀ ਮੇਰੀ ਜਿਹੜੀ ਗੱਲ ਦੀ ਗੱਲ ਦਾ ਸੌਦਾ ਹੋ ਗਿਆ ਨਾ ਆਪਣਾ ਜਿਹੜੀ ਗੱਲ ਵਹਾਈ ਗਈ ਆ ਮੈਂ ਉਹੀ ਮਕਾਨ ਲੈਣਾ ਮੈਂ ਕੋਈ ਸੱਜੇ ਖੱਬੇ ਮਕਾਨ ਨਹੀਂ ਲੈਣਾ ਭਾਈ ਗਰਮੀ ਸਰਦੀ ਦੀ ਲੋੜ ਕੋਈ ਨਹੀਂ ਤੇਰੇ ਨਾਲ ਐਸ ਮਕਾਨ ਦੀ ਮੁਕੀ ਆ ਨਾ ਹਾਂਜੀ ਉਹ ਯਾਰ ਮਕਾਨ ਮਕਾਨ ਦੀ ਮੁਕੀ ਆ ਦਬਸ ਤੋ ਇਹ ਮਕਾਨ ਮੈਂ ਖਾਲੀ ਕਰਾ ਲਾ ਗੱਲ ਖਤਮ ਹੋ ਗਈ ਮੈਂ ਖਾਲੀ ਕਰਾ ਲੈਣਾ ਮੇਰੀ ਗੱਲ ਸੁਣ ਲੈ ਇਹ ਮਕਾਨ ਪੁੱਤਰ ਮੈਂ ਬੜੀਆਂ ਮਿਹਨਤਾਂ ਨਾਲ ਬਣਾਇਆ ਮੇਰਾ ਮਕਾਨ ਤੂੰ ਕਾਦੇ ਲਈ ਲਾਤਾ ਤੇ ਇਹਨੇ ਵੀ ਮਿਹਨਤ ਕਰਕੇ ਜਿੱਤਿਆ ਇਹਦੇ ਵਿੱਚ ਕਿਹੜੀ ਮਿਹਨਤ ਇਹਨੇ ਕੀਤੀ ਹੈ ਇੱਥੇ ਕਿਹੜਾ ਬੇਲ ਚਾ ਬੌਂਦਾ ਰਿਹਾ ਹੈ ਸਾਰੀ ਰਾਤ ਠੰਡ ਚ ਬਹਿ ਕੇ ਖੇਡਦੇ ਰਹੇ ਬਾਬਾ ਜੀ ਕੀ ਹੋ ਗਿਆ ਤੁਹਾਨੂੰ ਜੇ ਮੈਂ ਹਾਰ ਜਾਂਦਾ ਤੇ ਮੈਂ ਮਕਾਨ ਨਾ ਦਿੰਦਾ ਤੇਰਾ ਮਕਾਨ ਇੱਥੇ ਕਿੱਥੇ ਹੈ ਕਿਹੜਾ ਮਕਾਨ ਮੇਰੇ ਕੋਲ 100 ਮਕਾਨ ਮੇਰਾ ਇੱਥੇ ਮੈਂ ਬਦਮਾਸ਼ ਆਦਮੀ ਆ ਜਿਥੇ ਹੱਥ ਰੱਖ ਲਓ ਮਕਾਨ ਮੇਰਾ ਉਹ ਮੇਰੀ 1 ਮਿੰਟ ਗੱਲ ਸੁਣੋ ਭਾਈ ਤੇਰੀ ਮੇਰੀ ਕੋਈ ਗੱਲ ਨਹੀਂ ਕਰਨ ਲੱਗਾ ਪੁੱਤਰ ਮੇਰੀ 1 ਮਿੰਟ ਗੱਲ ਸੁਣੋ ਤੁਸੀਂ ਮਕਾਨ ਲਾਇਆ ਵਾ ਤੁਸੀਂ ਆਪਣਾ ਮਕਾਨ ਲਾਓ ਨਹੀਂ ਆਪਣਾ ਨਹੀਂ ਆਈ ਲਾਤਾ ਸੀ ਮੇਰਾ ਕਾਦ ਨਹੀਂ ਲਾਤਾ ਉਹ ਚਿੱਟੇ ਉਹ 1 ਮਿੰਟੋ ਗੱਲ ਕਿਹੜਾ ਟਰਾਲਾ ਲੈ ਕੇ ਆਓ ਇਹ ਸਮਾਰਟਫੋਨ ਦਿਖਾ ਲਈ ਕਰਕੇ ਭਰਾ ਮਾਰੋ ਕਿਹੜਾ ਸਮਾਨ ਇਥੋਂ ਮਕਾਨ ਕਿਹੜਾ ਯਾਰ ਤੁਸੀਂ ਖਾਲੀ ਕਿੱਥੋਂ ਮੈਂ ਕਰਾਂ ਇਹਦਾ ਤੁਹਾਨੂੰ ਕਿਹਨੇ ਕਿਹਾ ਸੀ ਗੱਲ ਆਓ ਮੈਂ ਤੁਹਾਡੇ ਨਾਲ ਖੇਡਣ ਡਿਆ ਸੀ ਉਹ ਮੈਂ ਤੇ ਉੱਠ ਕੇ 9:30 ਵਜੇ ਉੱਠ ਕੇ ਘਰ ਚਲਾ ਗਿਆ ਵੀ ਜਾਣ ਲੱਗਾ ਤੂੰ ਚਲਾ ਜਾ ਜ਼ਿਆਦਾ ਕੁਰਸੀਆਂ ਦੋ ਅੰਦਰ ਰ ਮਕਾਨ ਤੂੰ ਮੇਰਾ ਲਾਤਾ ਆ ਕਿਹੜਾ ਬੰਦੇ ਵਾਲਾ ਕੰਮ ਕੀਤਾ ਇਹਦਾ ਪੱਤੋ ਕੀ ਤੋਂ ਆਇਆ ਨਾ ਜਿਲ੍ਹੇ ਹਾਂ ਇਦਾਂ ਹੀ ਮਕਾਨ ਖਾਲੀ ਕਰਾਉਣਾ ਇਸ ਜਗ੍ਹਾ ਤੇ ਇਹਨੇ ਗੋਲੀ ਮਾਰੀ ਸੀ ਬਾਕੀ ਮੇਰੀ ਇੱਕ ਮਿੰਟ ਗੱਲ ਸੁਣੋ ਮੈਂ ਉਹ ਭਾਈ ਮਕਾਨ ਤੂੰ ਹਰਿਆਵਾ ਤੂੰ ਇਹਨੂੰ ਦੇਣਾ ਵਾ ਤੇ ਆਪਣਾ ਖਾਲੀ ਕਰਾ ਜਾ ਆਪਣੇ ਅੱਬੇ ਨੂੰ ਕਹਿ ਜਾ ਕੇ ਆਪਣਾ ਖਾਲੀ ਕਰਕੇ ਦੇਓ ਮੈਂ ਮੈਂ ਹੀ ਖਾਲੀ ਕਰਾਉਣਾ ਆਪਣੇ ਹੱਥੀ ਖਾਲੀ ਕਰਾਉਣਾ ਤੂੰ ਆਪਣੇ ਹੱਥੀ ਕਿਹੜਾ ਖਾਲੀ ਕਰਾ ਲੈਣਾ ਆ ਤੁਹਾਡੇ ਵਾਲਾ ਮੇਰਾ ਮਕਾਨ ਕਾਹਦੇ ਲਈ ਖਾਲੀ ਕਰਾਣਾ ਤੁਹਾਨੂੰ ਮੈਂ ਕਿਹਾ ਸੀ ਕਿ ਵੀ ਇਹ ਲੁੱਡੋ ਖੇਡੋ ਉਹ ਮੈਂ ਆਪਣੇ ਬੂਹੇ ਅੱਗੇ ਜੇ 10 ਮਿੰਟ ਇਸ਼ਕੇ ਤੁਹਾਨੂੰ ਇੱਕ ਤੇ ਅੱਗ ਬਾਲ ਕੇ ਦਵਾ ਇੱਥੇ ਬਲਬ ਬਾਲਾਂ ਘਰੋਂ ਜੱਗ ਪਾਣੀ ਦਾ ਲਿਆ ਕੇ ਦਵਾ ਤੇਰੇ ਨਾਲ ਇੱਥੇ ਮੁਹੱਬਤ ਆ ਵੀ ਮਹੱਲੇਦਾਰੀ ਹੈਗੀ ਆ ਤੂੰ ਮੇਰਾ ਮਕਾਨ ਕਾ ਤੇ ਲਈ ਲਾਤਾ ਐਨਾ ਕੁਛ ਤੂੰ ਕਰਦੇ ਜੇ ਇਥੇ ਅੱਗ ਬਾਲਦੇ ਜੇ ਪਾਣੀ ਦਾ ਜੱਗ ਰੱਖਦੇ ਜੇ ਤੇ ਚੌਕੀਦਾਰਾ ਵੀ ਤੁਹਾਡੇ ਮਕਾਨ ਦਾ ਹੀ ਅਗਲੇ ਕਰਦੇ ਚੌਕੀਦਾਰਾ ਇੱਥੇ ਕਹਦਾ ਯਾਰ ਅਸੀਂ ਇੱਥੇ ਦਿਨੇ ਹਰ ਮਹੀਨੇ ਪਠਾਨ ਨੂੰ ਪੈਸੇ ਦਿੰਨੇ ਆਂ ਅੱਖਾਂ ਮੱਥੇ ਤੇ ਰੱਖਦੇ ਆ ਵਿਚਾਰੇ ਮਕਾਨ ਕੀ ਵੇਚ ਦਿੱਤਾ ਤੁਹਾਡਾ ਉਹ ਜਾ ਕੰਮ ਕਰ ਜਾ ਮੇਰੀ ਤਾਏ ਲਾਲ ਟੇਕ ਇਹ ਗੱਲਾਂ ਐ ਚ ਗੁੱਸੇ ਗਿਲੇ ਵਾਲੀ ਕੋਈ ਗੱਲ ਗੁੱਸੇ ਵਾਲੀ ਕਿਉਂ ਨਹੀਂ ਬਈ ਅੱਛਾ ਐਦਾਂ ਆ ਕਿ ਉਹ ਸਾਹਮਣੇ ਨਾ ਜੱਟਾਂ ਦਾ ਮਕਾਨ ਆ ਆਹੋ ਉਹਦਾ 12000 ਰੁਪਏ ਕਿਰਾਇਆ ਤੂੰ ਉਹ 12000 ਕਿਰਾਏ ਤੇ ਲੈ ਲਾ ਮਕਾਨ ਯਾਨੀ ਮੈਂ ਆਪਣਾ ਮਕਾਨ ਖਾਲੀ ਕਰਕੇ ਤੇ ਉਹ ਜਟਾਣਾ ਮਕਾਨ ਲੈ ਲਵਾਂ ਉੱਥੇ ਕਿਰਾਏ ਤੇ ਉਹ 12000 ਰੁਪਿਆ ਹਰ ਮਹੀਨੇ ਮੈਨੂੰ ਫਟੀਗ ਹਾਂਜੀ ਹਾਂਜੀ ਤੇ ਮੈਂ ਆਪਣਾ ਮਕਾਨ ਕਿਉਂ ਖਾਲੀ ਕਰਾਂ ਇਹ ਆਪਣਾ ਆਪਣਾ ਕਿਹੜਾ ਓਏ ਆਪਣਾ ਕੀ ਵੀ ਮੇਰਾ ਵਾਰ ਜਿਸੀ ਮੇਰੇ ਆਪਣਾ ਬਾਬਾ ਗੱਲ ਕਰਨੀ ਬਜ਼ੁਰਗ ਆਦਮੀ ਬਹਿ ਹਯਾ ਕਰ ਰਿਹਾ ਤੇਰਾ ਓ ਕਾਕਾ ਮੇਰੀ ਗੱਲ ਮੈਂ ਕਹਿੰਦਾ ਅੱਖ ਨਹੀਂ ਵੀ ਤ ਓਏ ਤੇਰੇ ਨਾਲ ਮੇਰੀ ਗੱਲ ਨਹੀਂ ਲੱਗਦੀ ਮਕਾਨ ਤੇਰਾ ਰਹਾਣਾ ਜਾਣੇ ਭਤੀਜਾ ਤੇਰਾ ਓਏ ਮੈਂ ਨਹੀਂ ਭਤੀਜਾ ਤੂੰ ਤੇ ਜਿਹੜਾ ਮੇਰੀ ਦੱਬ ਦੇ ਵਿੱਚ ਲੱਗਾ ਹੋਇਆ ਹੈ ਮੇਰੀ ਗੱਲ ਸੋਹਣੇ ਸਿਰ ਨੂੰ ਜਾਣਦਾ ਰਹਾਣਾ ਇਹਨੂੰ ਸਮਝਾ ਯਾਰ ਕਿਹੜੀ ਗੱਲ ਕਰ ਰਿਹਾ ਤੂੰ ਓਏ ਇਹ ਇੱਥੇ ਗੋਲੀ ਮਾਰਦਾ ਓ ਯਾਰ ਇੱਥੇ ਮਾਰੇ ਜਾ ਉੱਥੇ ਜਾ ਕੇ ਕਿਤੇ ਮਾਰੇ ਮੈਨੂੰ ਇਸ ਗੱਲ ਨਾਲ ਕੀ ਕੈਸੀ ਗੱਲ ਕਰ ਰਿਹਾ ਤੂੰ ਤੂੰ ਇੱਥੇ ਬੈਠਾ ਵਾ ਲੁੱਡੋ ਖੇਡਦੇ ਇੱਥੇ ਮੈਂ ਤੈਨੂੰ ਛੱਡ ਕੇ ਗਿਆ ਤੂੰ ਪਹਿਲੀ ਬਾਜ਼ੀ ਹਾਰ ਗਿਆ ਦੂਜੀ ਹਾਰ ਗਿਆ ਘਰੋਂ ਉਹ ਮਾਂ ਦੀ ਕਮੇਟੀ ਵਾਲੇ ਪੈਸੇ ਇੱਥੇ ਚੋਕ ਲਿਆ ਆ ਉਹ ਤੈਨੂੰ ਅਕਲ ਨਹੀਂ ਆਈ ਨੇ ਹੁਣ ਇਹ ਜੂ ਐ ਸੇ ਵਾਸਤੇ ਕਹਿੰਦਾ ਜੂਆ ਕਿਸੇ ਕਾ ਨਾ ਹੁਆ ਉਹ ਜੂਆ ਕਿਸੇ ਕਾ ਨਾ ਹੁਆ ਤੇ ਅਗਲੇ ਕੱਢ ਲੈਂਦੇ ਬਰਫ ਵਾਲਾ ਸੂਆ ਤੂੰ ਜਿਹੜੀ ਗੱਲ ਕਰਨ ੜੇ ਮੇਰੇ ਨਾਲ ਆਪਣਾ ਮਕਾਨ ਇਹਨੂੰ ਖਾਲੀ ਕਰਕੇ ਦੇ ਉઠੋ ਇੱਥੋਂ ਚਲੋ ਸ਼ਾਪਾ ਜਾਓ ਆਪਣਾ ਗੱਲ ਸੁਣੋ ਚਲੋ ਮੈਂ ਤਾਂ ਉੱਠ ਜਣਾ ਇਹਨੇ ਨਹੀਂ ਜੇ ਉਠਣਾ ਮਕਾਨ ਲੈ ਤੂੰ ਇਹਨੇ ਕਿਉਂ ਨਹੀਂ ਉਠਣਾ ਭਾਈ ਹਾਂ ਇਹਨੇ ਕਿਉਂ ਨਹੀਂ ਉਠਣਾ ਇਹਨੇ ਕਬਜ਼ਾ ਕਰਨਾ ਅਸੀਂ ਉੱਠੇ ਤੇ ਤੈਨੂੰ ਮੰਜੇ ਤੇ ਲੰਮਾ ਪਾ ਕੇ ਉਠਾਂਗੇ ਬੰਦਾ ਮੇਰੀ ਇੱਕ ਮਿੰਟ ਓਏ ਕਾਕਾ ਮੇਰੀ ਇੱਕ ਮਿੰਟ ਗੱਲ ਸੁਣ ਤੇਰੇ ਨਾਲ ਮੇਰੀ ਕੋਈ ਗੱਲ ਨਹੀਂ ਹੈਗੀ ਤੂੰ ਇੱਥੇ ਪਰਦੇਸੀ ਬੰਦਾ ਵਾ ਤੂੰ ਜਾਣ ਤੇ ਰਾਣਾ ਜਾਣੇ ਚਲੋ ਮੇਰਾ ਵੀਰਾ ਕੁਰਸੀਆਂ ਵੇਲੀਆਂ ਕਰੋ ਤੇ ਆਗ ਵੀ ਛੱਡ ਦਿਓ ਤੂੰ ਏਡਾ ਆਗ ਮੈਂ ਪਈ ਨੂੰ ਕਰ ਲਾਂਗਾ ਸਿੱਧੀ ਤੂੰ ਚਲੋ ਜਾਓ ਇੱਥੋਂ ਉਠੋ ਇਹਨੂੰ ਆਪਣਾ ਮਕਾਨ ਖਾਲੀ ਕਰਕੇ ਦੇ ਆ ਚਿੱਟੇ ਕਿਹੜਾ ਚਿੱਟਾ ਹੋਏ ਗੱਲ ਸੁਣ ਬਾਬਾ ਕੰਮ ਤੁਸੀਂ ਕਾਹ ਕਰਦੇ ਆ ਤੇ ਵਿੱਚ ਵਾਜਾ ਚਿੱਟਿਆਂ ਨੂੰ ਮਾਰਦੇ ਆ ਡਾਂਗਾ ਡੂੰਗਾ ਨਾ ਰੱਖੀ ਲਿਆ ਜੇ ਪੁੱਤਰੇ ਕੰਮ ਸਿੱਧਾ ਪਤਰਾ ਨਹੀਂ ਹੈਗਾ ਉਹ ਡਾਂਗਾ ਡੂੰਗਾ ਦਾ ਨਾ ਮੈਨੂੰ ਡਰ ਬਾਬਾ ਤੇਰੇ ਗੁਰੂ ਚਿੱਟੇ ਆ ਮੇਰੇ ਪੁੱਤਰ ਚਿੱਟੇ ਤੇ ਆਪਣਾ ਲਾ ਸਾਡਾ ਤਾਂ ਰੌਲਾ ਹੀ ਹੁਣ ਕੋਈ ਨਹੀਂ ਹੈਗਾ ਚਾਚਾ ਜੀ ਹੁਣ ਤੇਰਾ ਤਾਇਆ ਔਰ ਮੇਰਾ ਕਾਹਦਾ ਰੌਲਾ ਭਾਈ ਰੌਲਾ ਤਾਂ ਪਾਇਆ ਤੂੰ ਇਹਦੇ ਨਾਲ ਲੁੱਡੋ ਇੱਥੇ ਖੇਡਦੇ ਆਂ ਤੂੰ ਵਿੱਚ ਮਕਾਨ ਲਾਤਾ ਮਕਾਨ ਲਾਉਣਾ ਸੀ ਤੇ ਆਪਣਾ ਲਾਉਣਾ ਦੀਆ ਮੇਰਾ ਕਾਹਦਾ ਨਹੀਂ ਲਾਇਆ ਜਿੱਥੇ ਬੈਠੇ ਸੀ ਉਹੀ ਲਾਉਣਾ ਸੀ ਨਾ ਉਹ ਜਿੱਥੇ ਕਿਉਂ ਬੈਠੇ ਸੀ ਯਾਰੇ ਮੇਰੀ ਗਲਤੀ ਆ ਓ ਬਾਬਾ ਹੁਣ ਮੇਰਾ ਮੇਰਾ ਨਾ ਕਰ ਇਹ ਹੁਣ ਮੇਰਾ ਵਾ ਭਾਜੀ ਮੇਰੀ 1 ਮਿੰਟ ਗੱਲ ਸੁਣੋ ਹਾਂਜੀ ਤੁਸੀਂ ਕੀ ਗੱਲ ਸੁਣਾਓਗੇ ਮੈਨੂੰ ਮੈਂ ਤੁਹਾਨੂੰ ਜਿਹੜੀ ਗੱਲ ਕਰਦਾ ਪਿਆਵਾ ਵੀ ਤੁਸੀਂ ਮੈਂ ਕੋਈ ਗੱਲ ਨਹੀਂ ਸੁਣੀ ਬਜ਼ੁਰਗੋ ਤੁਸੀਂ ਰੌਲਾ ਆਪਦਾ ਉਧਰ ਨਬੇੜੋ ਉਧਰ ਮੈਨੂੰ ਕੋਲ ਟਾਈਮ ਫालतू ਨਹੀਂ ਹੈਗਾ ਐਨਾ ਤੁਹਾਡੇ ਕੋਲ ਦੇਖੋ ਮੇਰੀ ਬੰਦੇ ਦਾ ਪੁੱਤਰ ਬਣ ਜਾ ਮੈਂ ਤੈਨੂੰ ਦੱਸਵਾ ਤੈਨੂੰ ਸ਼ਾਇਦ ਆਪਣੇ ਅੱਬੇ ਦਾ ਨਹੀਂ ਪਤਾ ਉਹ ਗੁੱਸੇ ਵਾਲਾ ਕਿੱਡਾ ਬੰਦਾ ਫੌਜੀ ਬੰਦਾ ਉਹਨੇ ਗੋਲੀ ਤੈਨੂੰ ਮਾਰਨੀ ਆ ਸਮਝ ਆਈ ਕਿ ਨਹੀਂ ਤੁਹਾਨੂੰ ਮੇਰਾ ਨਹੀਂ ਪਤਾ ਉਹ ਮੇਰੀ ਕਿ ਮੈਂ ਗੋਲੀ ਕਿੱਥੇ ਮਾਰਨੀ ਆ ਬਾਜੀ ਦੇਖੋ ਮੇਰੀ ਸਮਝ ਲੱਗੀ ਨਾ ਮਾਂਂਦਰਾ ਦਾ ਢੇਰ ਲਾ ਲਾਂਗੇ ਅੱਥੇ ਅੱਗੇ ਦੇ ਉੱਤੇ ਇੱਕ ਮਿੰਟ ਦੇ ਵਿੱਚ ਪਹਿਲਾਂ ਪਾਕਾ ਮੇਰੀ ਗੱਲ ਸੁਣੋ ਇੱਕ ਮਿੰਟ ਸੁਣਿਆ ਤੇਰਾ ਜੋ ਵੀ ਹੈ ਮਾਮਲਾ ਉਹ ਪੁੱਤਰ ਇਹਦੇ ਨਾਲ ਅਸੀਂ ਬਜ਼ੁਰਗ ਆਦਮੀ ਸਮਝ ਕੇ ਜਾ ਕੇ ਤੇ ਜਾ ਰਹੇ ਤੁਸੀਂ ਰੌਲੇ ਪਾਈ ਜਾਂਦੇ ਲੰਮਾਈ ਜਾ ਰਹੇ ਹੋ ਗੱਲ ਮੈਂ ਤੁਹਾਡੇ ਮੈਂ ਤੂੰ ਦੇਖੋ ਤੁਸੀਂ ਤੁਹਾਡੇ ਆਪਣੇ ਮਾਮਲਾ ਤੇ ਇਹਦੇ ਤਾਹ ਲਾਲਟਾ ਨਾ ਕੋਈ ਐਸੀ ਗੱਲ ਨਹੀਂ ਹੈ। ਉਹ ਯਾਰ ਕੋਈ ਕਿਹੜੀ ਗੱਲ ਨਹੀਂ ਹੈਗੀ। ਕੈਸਾ ਬੇਵਕੂਫ ਬੰਦਾ ਉਤੋਂ ਮੈਨੂੰ ਕਹਿੰਦੇ ਆ ਮਕਾਨ ਖਾਲੀ ਕਰ ਤੇ ਉਹ ਜਟਾਂ ਵਾਲਾ ਮਕਾਨ ਲੈ ਲੈ। ਕੈਸਾ ਬੰਦਾ ਹੈ ਉਹ ਕਿਰਾਇਆ ਮੈਂ ਭਰਨਾ। ਚੱਲ ਇਦਾਂ ਉਹਦਾ 15000 12000 ਕਰਾਇਆ ਨਾ ਉੱਚ 500 ਰੁਪਏ ਮਹੀਨਾ ਮੈਂ ਦੇਈ ਜੂ। ਕਿਹੜਾ 500 ਰੁਪਏ ਮਹੀਨਾ ਦੇਈ ਜਾਏਗਾ ਤੂੰ ਹੈ? ਕੈਸੀ ਗੱਲ ਕਰ ਰਿਹਾ ਤੂੰ ਯਾਰ। ਉਹ ਚਲੋ ਉઠੋ ਇਥੋਂ ਬਹਿ ਕੇ ਗੱਲ ਕਰ ਬਜ਼ੁਰਗਾ ਬਹਿ ਕੇ ਗੱਲ ਕਰ ਦਿਮਾਗ ਨਾ ਮੇਰਾ ਛਾੜ ਕਰ ਮੇਰਾ ਮੀਟਰ ਘੁੰਮ ਗਿਆ ਨਾ 1 ਮਿੰਟ ਤੋਂ ਪਹਿਲਾਂ ਮੈਂ ਸਭ ਕੁਝ ਇੱਥੇ ਤਬਾਹੋ ਬਰਬਾਦ ਕਰ ਦਾਂਗਾ ਉਹ ਭਾਜੀ ਮੇਰੀ 1 ਮਿੰਟ ਗੱਲ ਸੁਣ ਸਮਝ ਲੱਗੀ ਨਾ ਮੈਂ ਮੈਂ ਜਿਹੜੀ ਗੱਲ ਤੁਹਾਨੂੰ ਕਹਿਣਾ ਚਾ ਰਿਹਾ ਵਾਂ ਭਾਈ ਮੈਂ ਬੜੀਆਂ ਤੁਸੀਂ ਆਉਂਦੇ ਹੋ ਤੁਹਾਡਾ ਕੁੱਤੀ ਸਿੱਖਾ ਇਹਨੂੰ ਮੁਖ ਦਾ ਪਿਆ ਤੈਨੂੰ ਬੇੜੋ ਗੱਲ ਨੂੰ ਤਾਂ ਬਤਾਓ ਰਾਣਾ ਸਾਹਿਬ ਨੂੰ ਬੇੜੋ ਗੱਲ ਜਿਹੜੀ ਮੈਂ ਨਿਬੇੜਦਾ ਤੁਹਾਡੇ ਨਾਲ ਕਾਕਾ ਦੇਖੋ ਤੁਸੀਂ ਸ਼ੋਗਲ ਨਾਲ ਇੱਥੇ ਬੈਠੇ ਸੀਗੇ ਚਲੋ ਖੇਡਣ ਲੱਗ ਪਏ ਕੋਈ ਨਹੀਂ ਹੁਣ ਹਾਂ ਮੈਂ ਤੁਹਾਨੂੰ ਸਮਝਾ ਰਿਹਾ ਇਹਨੂੰ ਰੋਕ ਹੀ ਆ ਗਏ ਮੈਨੂੰ ਲੱਗੀ ਨਾ ਕਿ ਮੈਂ ਕਲਾਇ ਮੇਰੀ ਗੱਲ ਸੁਣ ਲਓ ਇੱਕ ਮਿੰਟ ਤੁਸੀਂ ਇਸ ਜਗ੍ਹਾ ਤੇ ਮਾਰਦਾ ਹੈ ਹਾਂ ਹਾਂਜੀ ਰਾਣਾ ਉਤਰ ਮੇਰੀ ਇੱਕ ਮਿੰਟ ਗੱਲ ਸੁਣ ਲਾ ਇਹ ਗੱਲ ਚੰਗੀ ਨਹੀਂ ਹੈਗੀ ਤੈਨੂੰ ਮੈਂ ਦੱਸ ਦਵਾ ਅੱਛਾ ਤੂੰ ਜੇ ਹਰਿਆਵਾਂ ਤੇ ਭਾਈ ਤੂੰ ਜਾਣ ਤੇ ਇਹ ਜਾਣੇ ਮੇਰਾ ਇਸ ਗੱਲ ਨਾਲ ਕੋਈ ਤਾਂ ਲਗਨੀ ਹੈਗਾ ਸਮਝ ਆਈ ਕਿ ਨਹੀਂ ਲਓ ਜੀ ਹੁਣ ਮੈਨੂੰ ਦਿਓ ਇਜਾਜ਼ਤ ਕਾਦੀ ਇਜਾਜ਼ਤ ਤੈਨੂੰ ਦਈਏ ਮੈਂ ਹੁਣ ਚੱਲਿਆ ਕੰਮ ਤੇ ਕਿਹੜੇ ਕੰਮ ਤੇ ਚੱਲਿਆ ਜਿੱਥੇ ਕੰਮ ਤੇ ਫੈਕਟਰੀ ਤੇ ਤੂੰ ਉਸ ਉਹੀ ਕੰਮ ਕਰਦਾ ਰਹਿਣਾ ਸੀਗਾ ਤੂੰ ਆਹ ਕਿਹੜਾ ਕੰਮ ਪਾਤਾ ਵਿੱਚ ਨਹੀਂ ਹੁਣ ਤੁਸੀਂ ਜਾਣੋ ਤੇ ਆ ਜਾਣੋ ਮੈਂ ਬੰਦਾ ਮੂੰਹ ਤੇ ਘਰਾਤਾ ਤੁਹਾਡੀ ਜਿਹੜੇ ਬੰਦਾ ਮੂੰਹ ਮੈਨੂੰ ਜਾਣਦੇ ਨਹੀਂ ਤੁਸੀਂ ਮੈਂ ਨਹੀਂ ਮੈਂ ਨਹੀਂ ਦੁਰਮੜ ਬਦਮਾਸ਼ ਦਾ ਨਾ ਦੁਰਮੜ ਦਾ ਅੱਛਾ ਸਮਝ ਲੱਗੀ ਨਾ ਮਾਵਾ ਦੇ ਬੱਚੇ ਲੁਕੋ ਲੈਂਦੀਆਂ ਨੇ ਕਿ ਦੁਰਮਟ ਆ ਗਿਆ ਹੈ। ਉਹ ਆਹ ਲੁਕੋਣਾ ਹੀ ਚਾਹੀਦਾ ਬਾਬਾ ਇਹ ਐਡਾ ਮਕਾਨ ਕਿਤੇ ਕਿਤੇ ਸੁੱਖਾ ਬਣਦਾ। ਹਾਂਜੀ ਤੁਸੀਂ ਭਾਜੀ ਇਹ ਗਲ ਮਕਾਓ ਦਵਾ-ਦਾਵਤ ਤੇ ਮੈਨੂੰ ਹੋਰ ਹੀ ਬੜੇ ਕੰਮ ਨੇ। ਸਮਝ ਲੱਗੀ ਨਾ ਕਿ ਮੈਂ ਤੇ ਤੁਹਾਡੇ ਸਿਆਪੇ ਚ ਪਿਆ ਰਹਿਣਾ। ਕੀ ਇਹ ਫੋਨ ਚਿੱਟੇ ਨੂੰ ਫੋਨ ਨੂੰ ਤਾਂ ਮੈਂ ਫੋਨ ਕਰਨ ਦਿਆ। ਹਾਂਜੀ ਹੈਲੋ। ਹਾਂ। ਕੀ ਪਤੋ ਤੋਂ ਪੁਲਸ ਮੇਰੇ ਮਗਰ ਆ ਗਈ। ਇਹ ਪੱਕੀ ਰਿਪੋਰਟ ਆ। ਮੈਫਰੋਨ ਫੈਸਲਾਬਾ ਤੋਂ ਵੀ ਨਿਕਲਾ ਫੈਸਲਾਬਾ ਚਲੋ ਠੀਕ ਆ ਠੀਕ ਠੀਕ ਤੁਸੀਂ ਸੱਜੇ ਖੱਬੇ ਹੋ ਪੁੱਤਰ ਮੇਰਾ ਹੁਣ ਦੁਬਾਰਾ ਮੈਂ ਨੰਬਰ ਤੇ ਫੋਨ ਨਾ ਕਰੀ ਮੈਂ ਨਿਕਲਣ ਲੱਗਾ ਇੱਥੋਂ ਆਓ ਯਾਰ ਇੱਕ ਸਿਆਪੇ ਚ ਫਸ ਗਿਆ ਹੁਣ ਮੈਂ ਨਿਕਲੂਆ ਬਸ ਹੁਣ ਮੈਂ ਨਿਕਲੂ ਨਿਕਲੂ ਅੱਲਾ ਖੈਰ ਕਰ ਫੋਨ ਬੰਦ ਕਰ ਹੁਣ ਮੈਂ ਨਿਕਲ ਲੋਕੇ ਕਰਨਾ ਓਕੇ ਕਰਾਓ ਮਕਾਨ ਖਾਲੀ ਯਾਰ ਤੁਸੀਂ ਕੀ ਨਬੇੜੋ ਯਾਰ ਰੋਲਾ ਪਿੱਛੋਂ ਦਵਾ ਦਾ ਬੰਦਾ ਮੇਰੇ ਆ ਬਹਿ ਜਾ ਤੂੰ ਇੱਥੇ ਹੁਣ ਗੱਲ ਜਦੋਂ ਹੋਣ ਢਈ ਆ ਹਾਂ 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 ਗੱਲ ਹੋ ਰਹੀ ਆ ਤੇਰੇ ਨਾਲ ਇੱਥੇ ਭਾਈ ਠੀਕ ਆ ਰਾਣਾ ਦੇਖ ਮੇਰੀ ਗੱਲ ਸੁਣ ਹੁਣ ਤੁਸੀਂ ਇਦਾਂ ਕਰਨਾ ਜੀ ਆ ਰਾਤ ਨੂੰ ਜਿਹੜੀ ਰੋਟੀ ਐ ਆਹੋ ਉਹ ਵੀ ਤਾਇਆ ਖੋਏਗਾ ਆ ਮੈਂ ਰੋਟੀ ਖਾਣ ਹੁਣ ਜਾਣਾ ਨਹੀਂ ਤੁਸੀਂ ਮਕਾਨ ਲੈ ਕੇ ਨਹੀਂ ਨਹੀਂ ਮੇਰੀ ਗੱਲ ਸੁਣੋ ਨਾ ਬੈਠੋ ਤੁਸੀਂ ਇੱਥੇ ਇੱਕ ਮਿੰਟ ਕਹਿਣ ਦਾ ਮਤਲਬ ਹੈ ਵੀ ਰੋਟੀ ਪਕਾਉਨੇ ਆ ਬੈ ਕੇ ਗੱਲ ਕਰਦੇ ਆ ਮਕਾਨ ਵਾਲਾ ਰੋਲਾ ਆਪਾਂ ਮਕਾਨ ਲੈਨੇ ਤਾਇਆ ਮਕਾਨ ਦੇ ਦੇਂਗਾ ਨਾ ਤੂੰ ਉਹ ਮਕਾਨ ਤੇ ਇਹਨੂੰ ਦੇ ਦੇ ਤੇਰਾ ਕੀ ਤੇ ਮੇਰਾ ਕੀ ਐ ਚ ਕਿਹੜੀ ਗੱਲ ਆ ਮੈਂ ਕਰ ਲੈਣਾ ਫਿਰ ਤੁਹਾਡਾ ਨਹੀਂ ਬੈਠੋ ਤੁਸੀਂ ਇੱਥੇ ਬੈਜੋ ਇੱਥੇ ਮੇਰੀ ਗੱਲ ਸੁਣੋ ਇੱਕ ਮਿੰਟ ਤੁਸੀਂ ਇੱਥੇ ਬੈਠੋ ਤੁਸੀਂ ਬਜ਼ੁਰਗ ਜੀ ਤੁਹਾਡੇ ਨਾਲ ਗੱਲ ਕਿੱਥੇ ਸਾਡੇ ਕੋਲ ਹਾਂਜੀ ਹਾਂਜੀ ਸੇਵਾ ਕਰਦੇ ਆਂ ਰਾਤੀ ਵੀ ਤੋ ਤੁਸੀਂ ਇੱਥੇ ਰਹੇ ਆਂ ਹਾਂਜੀ 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 ਅੱਜ ਵੀ ਆਪਾਂ ਲੁੱ ਆਏਗਾ ਅੱਜ ਮਖਾ ਮੈਂ ਤੇਰੇ ਨਾਲ ਖੇਡਦਾ ਹਾਂ ਹਾਂ ਜੀ ਮੈਨੂੰ ਜਲਦੀ ਹੈ ਉਹ ਯਾਰ ਤੈਨੂੰ ਕਾਹਦੀ ਜਲਦੀ ਹੈ ਵੇਲੇ ਬੰਦੇ ਇੱਧਰ ਮੇਰੀ ਇੱਕ ਮਿੰਟ ਗੱਲ ਸੁਣ ਲੈ ਇੱਥੇ ਬੈਠ ਹੋਣਾ ਇੱਥੋਂ ਜਾਣਾ ਇਹਨੂੰ ਜਾਣ ਨਹੀਂ ਦੇਣਾ ਕੱਲ ਤੂੰ ਖੇਲੇ ਹਾਂ ਅੱਜ ਮੈਂ ਖੇਡਦਾ ਹਾਂ ਤੇ ਨਾਲ ਮੈਂ ਵੇਖਦਾ ਤੂੰ ਕਿਸ ਤਰ੍ਹਾਂ ਇੱਥੇ ਸਾਡੇ ਕੋਲੋਂ ਜਿੱਤ ਕੇ ਜਾਣਾ ਮੈਂ ਨਹੀਂ ਖੇਡਣੀ ਬਾਬਾ ਜੀ ਮੈਨੂੰ ਤੂੰ ਕਿਉਂ ਨਹੀਂ ਖੇਡਣੀ ਹੁਣ ਤੇਰੀ ਉਂਗਲ ਟੁੱਟੀ ਹੈ ਹੁਣ ਤੂੰ ਜਾਣ ਦਤਾਇਆ ਜਾਣਾ ਇੱਥੇ ਬਹਿ ਜਾ ਰਾਮਨਾ ਇੱਥੇ ਤੈਨੂੰ ਬੰਨ ਕੇ ਬਾ ਆਏ ਥੇ ਇਹ ਕਿਹੜੀ ਗੱਲ ਹੋਈ ਜਾਂ ਜਾਓ ਕੁਝ ਵੀ ਹੋ ਗਿਆ ਕੀ ਸਮਝਾਓ ਬਾਬਾ ਜੀ ਆ ਵੇਖੋ ਤੁਸੀਂ ਬ ਸਮਝਾਓ ਮੇਰੀ ਰਾਣਾ ਕੱਲ ਤੂੰ ਹਰਿਆਣਾ ਅੱਜ ਪੁੱਤਰ ਮੇਰੀ ਜੀਤ ਤੇ ਅੱਜ ਤੂੰ ਵੇਖੀ ਥਈ ਅੱਜ ਹੁੰਦਾ ਕੀ ਏ ਤੂੰ ਅੱਜ ਇੱਥੇ ਜਾਣਾ ਨਹੀਂ ਸਮਝਾਓ ਪਾਜੀ ਤਾਇਆ ਇਹਨੂੰ ਇੱਥੇ ਬਿਠਾ ਤੋ ਫਿਰ ਬਸ ਇੱਥੇ ਆਦਰ ਹੋ ਇੱਥੇ ਅੰਦਰ ਵਿੱਚ ਬੈਠ ਹਾਂ ਇੱਥੇ ਬਹਿ ਜਾ ਹੁਣ ਹੁਣ ਤੂੰ ਜਦੋਂ ਤੱਕ ਸਾਡੇ ਕੋਲ ਦੁਬਾਰਾ ਮਕਾਨ ਨਾ ਨਾ ਜਿੱਤੇ ਆਂ ਤੈਨੂੰ ਜਾਣ ਨਹੀਂ ਦੇਣਾ ਬਿਲਕੁਲ ਠੀਕ ਹੈ ਮੈਂ ਹੁਣ ਨਹੀਂ ਮੇਰੇ ਸਾਹਮਣੇ ਜਿੱਤੋ ਹਾਂ ਜੋ ਜਿੱਤੇ ਆਂ ਤੂੰ ਮੈਨੂੰ ਕੀ ਪਤਾ ਯਾਰ ਤੁਸੀਂ ਆਪੇ ਹੀ ਗੱਲ ਬਣਾ ਲਈ ਬਦਬਾਸ਼ ਦੀ ਬਤਵਾਰਿਸ਼ ਤੇ ਕਿੰਗਰੇ ਲਾ ਦਿੰਦੀ ਤੂੰ ਉਹ ਕਿਹੜਾ ਬਦमाश ਹੋਇਆ ਇੱਥੇ ਅਰਸ਼ ਦੇ ਕਿੰਗਰੇ ਤੂੰ ਲਾਉਂਦਾ ਫਿਰਦਾ ਤੂੰ ਤੂੰ ਐਡਾ ਜ਼ਲਦਲਾ ਟਾਈਪ ਕਿਤੇ ਰਹਿਣਾ ਬੈਹ ਜਾ ਇੱਥੇ ਆਰਾਮ ਨਾਲ ਮੇਰੇ ਸਾਹਮਣੇ ਮਕਾਨ ਹਰੋ ਤੇ ਲੈ ਲਓ ਇਹ ਚ ਕਿਹੜੀ ਗੱਲ ਹੈ ਉਹ ਮੈਂ ਨਹੀਂ ਖੇਡ ਮਾਫੀ ਦੇ ਮੈਨੂੰ ਓਏ ਮਾਫੀ ਕਾਦੀ ਜਦੋਂ ਤੱਕ ਅਗਲੇ ਨਹੀਂ ਨਾ ਹੁੰਦੇ ਹਾਂਜੀ ਬੂਟਾਂ ਵਾਲੇ ਉਦੋਂ ਤੱਕ ਅਸੀਂ ਲੁੱਡੋ ਨਹੀਂ ਛੱਡਣੀ ਬਿਲਕੁਲ ਠੀਕ ਚਲੋ ਮੈਂ ਬੂਟੋ ਗੋਟੀਆਂ ਕਰੋ ਇਹ ਗੁਨਾਹ ਹੈ ਕਹਦਾ ਗੁਨਾਹ ਇਥੇ ਇਕਬੀਰਾ ਗੁਨਾਹ ਲੁੱਡੋ ਖੇਡਣੀ ਮਾਫ ਕਰ ਦੋ ਫੇਲਣਾ ਕਹਦਾ ਖੇਲ ਆ ਯਾਰ ਇਹ ਇਹ ਕਿਹੜੀ ਗੱਲ ਹੈ ਆਹ ਮੁੜਿਆ ਟੇਬਲ ਫੜ ਕੇ ਇਥੇ ਹੁਣੀ ਲੁੱਡੋ ਮੇਰੇ ਸਾਹਮਣੇ ਮਕਾਨ ਜਿੱਤ ਕੇ ਵਖਾ ਤੇ ਮਕਾਨ ਲੈ ਓ ਮੈਨੂੰ ਮਾਫ ਕਰ ਦੇ ਬਾਬਾ ਮੈਨੂੰ ਮਾਫ ਕਰ ਦੇ ਆ ਕੀ ਕਰਨ ੜਿਆ ਤੂੰ ਬਦਮਾਸ਼ੀ ਦੀ ਪਾਗ ਰਖੰਡਿਆ ਓ ਕਿਹੜੀ ਬਦਮਾਸ਼ੀ ਦੀ ਪਾਗ ਓਏ ਅੱਜ ਵੇਖ ਲੈਨੇ ਤੈਨੂੰ ਲੁੱਡੋ ਦੇ ਵਿੱਚ ਸਾਡੇ ਤੋਂ ਵੱਡਾ ਗੜਾ ਬਦਮਾਸ਼ ਆ ਅਸੀਂ ਰੋਜ਼ ਖੇਲਦੇ ਇਥੇ ਹੁਣ ਤੂੰ ਜਾਣਾ ਨਹੀਂ ਹਾਂ ਤੂੰ ਕਿੱਥੇ ਜਾਣਾ ਹਾਂ ਭਾਜੀ ਆ ਵੇਖੋ ਖੁਦਾਦਲਾ ਜੀ ਕੀ ਵੇਖੋ ਪਰੇਸ਼ਾਨੀ ਬਣ ਗਈ ਇੱਕ ਮਿੰਟ ਜਾਣਾ ਪੈ ਗਿਆ 50000 ਜਿਹੜਾ 50000 ਜਿਹੜਾ ਮੈਂ ਕਮੇਟੀਆਂ ਵਾਲਾ ਉਹ ਕਿੱਥੇ ਹਾਂ ਉਹ ਕਿੱਥੇ ਉਹ ਪੈਸੇ ਕਿੱਥੇ ਰਾਤ ਵਾਲੇ ਜਿਹੜੇ ਇਹਦੇ ਕੋ ਫੜਾਰ ਗਿਆ ਉਹ ਵੀਰੇ ਉਹ ਤਾਂ ਮੇਰੇ ਉਹ ਤਾਂ ਦੇ ਨਾ ਉਹ ਪੈਸੇ ਕੱਢ ਸਾਡੇ ਜਿਹੜੇ 10000 ਰੁਪਏ 50000 ਉਹ ਕਮੇਟੀਆਂ ਨੇ ਕੱਢ ਪੈਸੇ ਕੱਢ ਕੱਢ 50000 ਰੁਪਏ ਉਹ ਯਾਰ ਮੈਨੂੰ ਵੀ ਆ ਦਿਓ 50000 ਰੋਲ ਰੋਲ ਫਿਰ ਮੈਂ ਜਾਵਾਂਗਾ ਜਾਵਾਂ ਕਿੱਥੇ ਆ 50000 ਰੁਪਏ ਉਹ ਅੱਜ ਮਕਾਨ ਦੀ ਬਾਦੀ ਲੱਗਣੀ ਆ ਫੜ ਵੀਰੇ 50 ਪੂਰਾ ਹੀ ਗੇ ਲੱਭਦਾਸ ਵੀ ਬਾਤ ਮੇਰੀ ਗੱਲ ਉਹ ਇਧਰ ਓਏ ਔਰ ਇਹ ਤੇਰਾ ਬਿੱਲ ਔਰ ਖਾਣਾ ਖਰਾ ਓਏ ਇਧਰ ਆ ਕਿਧਰ ਭੱਜਾ ਜਾਣਾ ਖਾਣਾ ਖਰਾਬਾ